ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿ ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਸੁਨੇਮਰ ਬੇਨਤੀ। 15 ਮਾਰਚ ਦਿਨ ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਤੋਂ ਰਾਤੀ 11 ਵਜੇ ਤੱਕ ਇੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਰੱਖਿਆ ਗਿਆ। ਔਰ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਮੈਂ ਸੁਨੇਮਰ ਬੇਨਤੀ ਕਰਾਂਗਾ, ਆਪਣੇ ਰੁਝੇਵਿਆਂ ਨੂੰ ਛੱਡ ਕੇ, ਵਹੀਰਾਂ ਕੱਤ ਕੇ, ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪ ਜੀਆਂ ਨੂੰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ, ਜਦੋਂ ਤੁਸੀਂ ਪਿਆਰ ਦੇ ਵਿੱਚ ਆ ਕੇ ਚੁਪਹਿਰਾ ਕੱਟਦੇ ਹੋ, ਚੁਪਹਿਰੇ ਵਿੱਚ 5 ਪਾਠ ਜਪਜੀ ਸਾਹਿਬ ਕਰਦੇ ਹੋ, 2 ਚੁਪਈ ਸਾਹਿਬ ਦੇ ਪਾਠ ਕਰਦੇ ਹੋ, ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹੋ, ਜਦੋਂ ਤੁਸੀਂ ਪਿਆਰ ਨਾਲ ਚੁਪਹਿਰਾ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਇੱਕ ਇੱਕ ਦੇ ਘਰ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ, ਤੁਹਾਡੀਆਂ ਤਕਲੀਫਾਂ ਨੂੰ ਕੱਟਦੇ ਨੇ। ਮੈਂ ਤੁਹਾਨੂੰ ਹਜ਼ਾਰਾਂ ਪ੍ਰੇਮੀ ਵਿਖਾ ਸਕਦਾ ਜਿਹੜੇ ਇਹ ਤੁਹਾਨੂੰ ਕਹਿਣਗੇ, ਅਸੀਂ ਜਦੋਂ ਦੇ ਚੁਪਹਿਰੇ ਕੱਟਣੇ ਸ਼ੁਰੂ ਕੀਤੇ, ਬਾਬਾ ਦੀਪ ਸਿੰਘ ਜੀ ਨੇ ਸਾਡੇ ਘਰ ਦੇ ਵਿੱਚੋਂ ਬਿਮਾਰੀਆਂ ਦੇ ਡੇਰੇ ਦੂਰ ਕਰ ਦਿੱਤੇ, ਸਾਡੇ ਘਰ ਵਿੱਚ ਬਰਕਤਾਂ ਦੀਆਂ ਮੁੱਠਾਂ ਖੁੱਲ੍ਹ ਗਈਆਂ, ਸਾਡੇ ਘਰ ਦੇ ਜਿਹੜੇ ਮੈਂਬਰ ਸ਼ਰਾਬ ਪੀਂਦੇ ਸੀ ਉਹ ਸ਼ਰਾਬ ਛੱਡ ਗਏ, ਮਾੜੀਆਂ ਚੀਜ਼ਾਂ ਦਾ ਤਿਆਗ ਕਰ ਗਏ, ਘਰ ਦੇ ਵਿੱਚ ਸੁੱਖ ਸ਼ਾਂਤੀ ਆਉਣੀ ਸ਼ੁਰੂ ਹੋ ਗਈ। ਜਿਉਂ ਜਿਉਂ ਅਸੀਂ ਚੁਪਹਿਰੇ ਕੱਟ ਰਹੇ ਹਾਂ, ਤਿਉਂ ਤਿਉਂ ਬਾਬਾ ਦੀਪ ਸਿੰਘ ਜੀ ਸਾਨੂੰ ਆਪਣੀ ਨੇੜਤਾ ਦੇ ਰਹੇ ਅਤੇ ਸਾਡੇ ਦੁੱਖ ਕੱਟ ਰਹੇ ਨੇ। ਭਾਗਾਂ ਵਾਲਿਓ, ਇਹ ਚੁਪਹਿਰਾ ਜਪ ਤਪ ਸਮਾਗਮ ਮੇਰੇ ਬੜੇ ਪਿਆਰੇ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ ਉਹਨਾਂ ਵੱਲੋਂ ਉਲੀਕਿਆ ਗਿਆ। ਔਰ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ, ਜਿਹੜੇ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, 20-20, 50-50 ਨੂੰ ਨਾਲ ਲੈ ਕੇ ਆਇਓ। ਔਰ ਆਪਣੇ ਦਸਵੰਧ ਵਿੱਚੋਂ ਭਾਵੇਂ ਤੁਹਾਨੂੰ ਗੱਡੀਆਂ ਕਰਨੀਆਂ ਪੈ ਜਾਣ, ਕਾਰਾਂ ਕਰਨੀਆਂ ਪੈ ਜਾਣ, ਟਰੱਕ ਕਰਨੇ ਪੈ ਜਾਣ, ਬੱਸਾਂ ਕਰਨੀਆਂ ਪੈ ਜਾਣ, ਜਿਵੇਂ ਵੀ ਕਰਨਾ ਪੈ ਜੇ, ਪਰ ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। 50-50 ਨੂੰ ਨਾਲ ਲੈ ਕੇ ਸ਼ਾਮ ਨੂੰ 4 ਵਜੇ ਤੱਕ ਲਾਸਟ ਪਹੁੰਚ ਦਿਓ, ਲੰਗਰ ਪ੍ਰਸ਼ਾਦ ਛੱਕ ਕੇ 5 ਵਜੇ ਫਿਰ ਆਪਾਂ ਚੌਂਕੜੇ ਮਾਰ ਕੇ ਗੁਰੂ ਦੀ ਗੋਦ ਵਿੱਚ ਬਹਿ ਜਾਣਾ। ਔਰ ਪੂਰਾ ਚੁਪਹਿਰਾ ਗੁਰੂ ਪਿਤਾ ਜੀ ਦੀ ਖੁਸ਼ੀ ਲੈਣ ਵਾਸਤੇ, ਸ਼ਹੀਦ ਸਿੰਘਾਂ ਦੀ ਖੁਸ਼ੀ ਲੈਣ ਵਾਸਤੇ ਅਸੀਂ ਕੱਟਣਾ। ਔਰ ਗਰੰਟੀ ਦੇ ਰਹੇ ਹਾਂ, ਲਿਖ ਕੇ ਦੇਣ ਨੂੰ ਤਿਆਰ ਹਾਂ, ਜਿਹੜੀ ਜਿਹੜੀ ਵੀ ਸ਼ਰਧਾ ਅਤੇ ਭਾਵਨਾ ਦੇ ਨਾਲ ਤੁਸੀਂ ਚੁਪਹਿਰੇ ਦੇ ਵਿੱਚ ਅਰਦਾਸ ਕਰੋਗੇ ਨਾ, ਬਾਬਾ ਦੀਪ ਸਿੰਘ ਜੀ ਤੁਹਾਡੀ ਹਰ ਅਰਦਾਸ ਨੂੰ ਕਬੂਲ ਕਰਨਗੇ। ਜਿੱਥੇ ਜਿੱਥੇ ਵੀ ਤੁਸੀਂ ਸੁਣਦੇ ਹੋ, ਲੁਧਿਆਣੇ ਦੀ ਸੰਗਤ, ਲੁਧਿਆਣੇ ਦੇ ਪਰਿਵਾਰਕ ਮੈਂਬਰਾਂ ਨੇ ਤਾਂ ਪਹੁੰਚਣਾ ਹੀ ਪਹੁੰਚਣਾ, ਲੁਧਿਆਣੇ ਦੇ ਨੇੜੇ ਤੇੜੇ ਦੇ ਜਿੰਨੇ ਵੀ ਇਲਾਕੇ ਨੇ, ਸਭ ਨੂੰ ਮੈਂ ਬੇਨਤੀ ਕਰਦਾ, ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਉੱਦਮ ਦੇ ਨਾਲ, ਉਤਸ਼ਾਹ ਦੇ ਨਾਲ ਇਸ ਸਮਾਗਮ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਔਰ ਇਹ ਸਾਰਾ ਸਮਾਗਮ ਜਿੱਥੇ ਵੱਖ ਵੱਖ ਚੈਨਲਾਂ ਦੇ ਉੱਤੇ ਲਾਈਵ ਦਿਖਾਇਆ ਜਾਏਗਾ, ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਵੀ ਇਹ ਸਾਰਾ ਪ੍ਰੋਗਰਾਮ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, 15 ਮਾਰਚ ਦਿਨ ਸ਼ੁੱਕਰਵਾਰ ਸ਼ਾਮੀ 5 ਤੋਂ ਰਾਤੀ 11 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਇਹ ਚੁਪਹਿਰਾ ਜਪ ਤਪ ਸਮਾਗਮ ਹੋ ਰਿਹਾ। ਆਓ ਬਾਪੂ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ, ਆਪਣੇ ਬੰਧਨਾਂ ਨੂੰ ਕਟਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। USA ਦੀਆਂ, ਖਾਸ ਕਰਕੇ ਕੈਲੀਫੋਰਨੀਆ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਸੁਨੇਮਰ ਬੇਨਤੀ, 16 ਮਾਰਚ ਤੋਂ 24 ਮਾਰਚ ਤੱਕ ਦਾਸ ਤੁਹਾਡੇ ਇਲਾਕਿਆਂ ਦੇ ਵਿੱਚ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ। ਪ੍ਰੋਗਰਾਮਾਂ ਦੀ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ, ਤੁਹਾਡੇ ਮੋਬਾਈਲਾਂ ਦੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜੋ ਤੁਸੀਂ ਰੋਜ਼ ਜੁੜਦੇ ਹੋ, ਜੋ ਰੋਜ਼ ਤੁਸੀਂ ਵੇਖਦੇ ਹੋ, ਸਮਾਗਮ ਆਨੰਦ ਲੈਂਦੇ ਹੋ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਵਹੀਰਾਂ ਕੱਤ ਕੇ ਪਰਿਵਾਰਾਂ ਸਮੇਤ
ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਓ ਔਰ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਗਰੰਟੀ ਦੇ ਰਹੇ ਹਾਂ, ਜਦੋਂ ਤੁਸੀਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਾਰੇ ਸਮਾਗਮਾਂ ਦੇ ਵਿੱਚ ਪਹੁੰਚੋਗੇ, ਇੱਕ ਵੀ ਸਮਾਗਮ ਵਿੱਚ ਗੈਰ ਹਾਜ਼ਰੀ ਨਹੀਂ ਕਰੋਗੇ, ਪੂਰੀਆਂ ਖੁਸ਼ੀਆਂ ਬਾਪੂ ਜੀ ਦੀਆਂ ਲਓਗੇ, ਜਿਹੜੀ ਜਿਹੜੀ ਵੀ ਫਿਰ ਤੁਸੀਂ 24 ਤਰੀਕ ਨੂੰ ਲਾਸਟ ਦਿਨ 'ਤੇ ਅਰਦਾਸ ਕਰਨੀ ਹੈ। ਬਾਬਾ ਦੀਪ ਸਿੰਘ ਜੀ ਨੇ ਇੱਕ ਇੱਕ ਦੀ ਅਰਦਾਸ ਨੂੰ ਕਬੂਲ ਕਰ ਲੈਣਾ। ਭੁੱਲਿਓ ਨਾ, 16 ਮਾਰਚ ਤੋਂ 24 ਮਾਰਚ ਤੱਕ ਕੈਲੀਫੋਰਨੀਆ ਔਰ LA ਦੀਆਂ ਸਾਰੀਆਂ ਸੰਗਤਾਂ, ਹੋਰ ਵੀ ਜਿੱਥੇ ਜਿੱਥੇ ਤੁਸੀਂ ਭਾਵਨਾ ਦੇ ਨਾਲ ਸੁਣਦੇ ਹੋ, ਜਿਹੜੇ ਪਹੁੰਚ ਸਕਦੇ ਹੋ ਪਹੁੰਚ ਜਿਓ। ਮੇਰੀ ਬੇਨਤੀ, ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਆਪਾਂ ਗੁਰੂ ਪਿਤਾ ਦੀਆਂ ਵਡਿਆਈਆਂ ਕਰਨੀਆਂ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾਵਾਂ ਦੇ ਕੁੰਭ ਦੇ ਬਾਰੇ ਸਭ ਨੂੰ ਪਤਾ ਹੈ, ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਦਾਤਾ ਬੰਦੀ ਛੋੜ ਪਬਲਿਕ ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ, ਦੁਨਿਆਵੀ ਪੜ੍ਹਾਈ ਵੀ, ਬਿਲਕੁਲ ਲਾਗਤ ਮੁੱਲ ਦੇ ਨਾਲ। ਮੈਂ ਬਾਬਾ ਜੀ ਦੀ ਹਜ਼ੂਰੀ 'ਚ ਬੈਠਾ ਕਹਿ ਰਿਹਾ, 8-9 ਲੱਖ ਸਕੂਲ ਦੇ ਵਿੱਚ ਮਹੀਨੇ ਦਾ ਪੈਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਹਸਪਤਾਲ ਚੱਲ ਰਹੇ ਆ, ਇੱਕੋ ਛੱਤ ਥੱਲੇ ਸਾਰੇ ਇਲਾਜ ਹੁੰਦੇ ਨੇ ਲਾਗਤ ਮੁੱਲ ਨਾਲ। ਅੱਖਾਂ ਦੇ ਇਲਾਜ, ਦੰਦਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ, ਹੋਰ ਵੀ ਬੜੇ ਚੰਗੇ ਚੰਗੇ ਡਾਕਟਰ ਇੱਥੇ ਬੈਠਦੇ ਨੇ। ਇਹ ਸਾਰੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਜੋ ਤੁਸੀਂ ਦਿੰਦੇ ਹੋ। ਇਸ ਤੋਂ ਇਲਾਵਾ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਲੰਗਰ ਛਕਦੇ, ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਗੱਡੀ ਬਣਾਈ, ਜਿਹਦੇ ਰਾਹੀਂ ਵੱਖ ਵੱਖ ਥਾਵਾਂ 'ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ। ਬਾਬਾ ਦੀਪ ਸਿੰਘ ਜੀ ਫਰੀ ਟਿਫਨ ਸੇਵਾ, ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਇੱਦਾਂ ਨਹੀਂ ਕਰਨਾ, ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰਨਾ ਜਿਹੜੇ ਸੁਣ ਰਹੇ ਹੋ ਤੁਸੀਂ। ਪਰ ਜਿਨ੍ਹਾਂ ਨੇ ਅਣਜਾਣ ਪੁਣੇ 'ਚ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਉਹਨਾਂ ਦੇ ਲਈ 2 ਵੇਲੇ ਦਾ ਟਿਫਨ ਵਿੱਚ ਲੰਗਰ ਪੈਕ ਕਰਕੇ ਘਰਾਂ 'ਚ ਪਹੁੰਚਾਇਆ ਜਾਂਦਾ, ਉਹ ਵੀ ਸੇਵਾ। ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫਰੀ ਰਾਸ਼ਨ ਦੇਣ ਦੀ ਸੇਵਾ। ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਬੱਚਿਆਂ ਦਾ 3 ਸਾਲਾਂ ਦਾ ਕੋਰਸ ਹੈ, ਗੁਰਬਾਣੀ ਦੀ ਸੰਥਿਆ, ਕੀਰਤਨ ਸਿਖਲਾਈ, ਤਬਲੇ ਦੀ ਸਿਖਲਾਈ, ਅੰਮ੍ਰਿਤ ਵੇਲਾ, ਸੰਧਿਆ ਦਾ ਸਮਾਂ ਕਿਵੇਂ ਸੰਭਾਲਣਾ, ਇਹ ਅਕੈਡਮੀ ਵੀ ਚੱਲ ਰਹੀ। ਇਸ ਤੋਂ ਇਲਾਵਾ ਨਾਲ ਦੇ ਪਾਸੇ ਆਪਣੀਆਂ ਅੱਖਾਂ ਨਾਲ ਵੇਖ ਕੇ ਜਾਓ, ਜਿਹੜੇ ਪਹਿਲੀ ਵਾਰੀ ਆਏ ਹੋ, ਜੀ ਦੇ ਆ ਪ੍ਰਮਾਣ ਪਾਰਕ, ਉਹਦੀ ਉਸਾਰੀ ਚੱਲ ਰਹੀ। ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ। ਇਸ ਤੋਂ ਇਲਾਵਾ ਜੋ ਉੱਥੇ ਵੱਡਾ ਦੀਵਾਨ ਹਾਲ, ਵੱਡੀ ਸਰਾਂ ਬਣ ਰਹੀ, ਗੁਰੂ ਘਰ ਬਣ ਰਿਹਾ, ਜੋ ਜੋ ਕਿਣਕਾ ਕਿਣਕਾ ਤੁਸੀਂ ਦਿੰਦੇ ਇਹਨਾਂ ਕਾਰਜਾਂ ਲਈ ਵਰਤਿਆ ਜਾਂਦਾ। ਮੇਰੀ ਦੋਵੇਂ ਹੱਥ ਜੋੜ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। TV ਸਕਰੀਨ ਦੇ ਉੱਤੇ ਨੰਬਰ ਰੋਜ਼ ਚੱਲਦੇ ਨੇ, ਉਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਕਿ ਇੰਨੀ ਸੇਵਾ ਹਰ ਮਹੀਨੇ ਅਸੀਂ ਟਰੱਸਟ ਨੂੰ ਭੇਜਣੀ। ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਫਿਰ ਇਹ ਸੇਵਾਵਾਂ ਦਾ ਕੁੰਭ ਇਸੇ ਤਰ੍ਹਾਂ ਨਿਰੰਤਰਤਾਈ ਨਾਲ ਜਾਰੀ ਰਹੇਗਾ। ਮੈਂ ਜਿਵੇਂ ਪਹਿਲੇ ਕਿਹਾ ਸੀ, ਥੋੜ੍ਹੀ ਜਿਹੀ ਸਪੀਡ ਸਲੋਅ ਕੀਤੀ ਹੋਈ ਹੈ। ਕਾਰਨ ਇਹ ਹੋਈ ਹੈ ਕਿ ਤੁਹਾਡੀ ਸਪੀਡ ਜਦੋਂ ਸਲੋਅ ਹੁੰਦੀ, ਸਾਡੀ ਵੀ ਹੋ ਜਾਂਦੀ ਹੈ। ਤੁਸੀਂ ਆਪਣੀ ਦਸਵੰਧ ਦੀ ਸਪੀਡ ਵਧਾ ਕੇ ਰੱਖੋ, ਅਤੇ ਫਿਰ ਮਹਾਰਾਜ ਜੀ ਦੀ ਮਿਹਰ ਦੇ ਨਾਲ ਸੇਵਾਵਾਂ ਹੋਰ ਚੜ੍ਹਦੀ ਕਲਾ 'ਚ ਹੋਣਗੀਆਂ। ਗੁਰੂ ਕਿਰਪਾ ਕਰੇ। ਅੱਜ ਹੀ ਮੈਂ ਗੁਰਮੁਖਾਂ ਨੂੰ ਫੋਨ ਕੀਤਾ, ਮੈਂ ਕਿਹਾ ਸਾਨੂੰ ਕਾਫੀ ਮਾਇਆ ਚਾਹੀਦੀ, ਭਾਵੇਂ ਥੋੜ੍ਹਾ ਬਹੁਤ ਵਿਆਜ ਲੈ ਕੇ ਦੇ ਦਿਓ। ਮੈਂ ਇੱਕ ਇੱਕ ਬੱਚਾ ਗੁਰੂ ਦੀ ਗੋਦੀ 'ਚ ਬੈਠਾ ਕਹਿ ਰਿਹਾ, ਅਤੇ ਉਹ ਹੁਣ ਜਵਾਬ ਆਉਣਾ, ਕਿਉਂਕਿ ਸੇਵਾਵਾਂ ਦੇ ਕਾਰਜ ਉਸੇ ਤਰ੍ਹਾਂ ਨਿਰੰਤਰਤਾਈ ਨਾਲ ਚੱਲ ਰਹੇ ਨੇ। ਜੋ ਭਾਵੇਂ ਸਪੀਡ ਵੀ ਸਲੋਅ ਕੀਤੀ, ਪਰ ਕੰਮ ਤਾਂ ਹੋ ਰਿਹਾ। ਸਕੂਲ ਜਿਹੜਾ 8-9 ਲੱਖ ਮਹੀਨੇ ਦਾ ਪੈਣਾ ਪੈ ਹੀ ਰਿਹਾ, ਹਸਪਤਾਲ 'ਚ 7-8 ਲੱਖ ਮਹੀਨੇ ਦਾ ਪੈਣਾ ਉਹ ਪੈ ਹੀ ਰਿਹਾ, ਬਾਬੇ ਨਾਨਕ ਦੀ ਜਿਹੜੀ ਰਸੋਈ ਚੱਲ ਰਹੀ, 4-5 ਲੱਖ ਮਹੀਨੇ ਦਾ ਖਰਚਾ ਉਹ ਹੋ ਹੀ ਰਿਹਾ ਗੁਰੂ ਜੀ ਦੀ ਕਿਰਪਾ ਦੇ ਨਾਲ।
ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹੱਥ ਬਹੁਤਾ ਹੀ ਜ਼ਿਆਦਾ ਟਾਈਟ ਹੋਇਆ ਵਿਆਜੀ ਪੈਸੇ, ਅਤੇ ਜੇ ਕੋਈ ਇਸ ਵੇਲੇ ਲਾਈਵ ਵੀ ਸੁਣਦਾ ਹੋ, ਜੇ ਸਾਨੂੰ ਕੋਈ ਉਧਾਰ ਵੀ 2-4 ਮਹੀਨਿਆਂ ਲਈ ਦੇ ਸਕੋ ਦੇ ਦਿਓ, ਸਾਨੂੰ ਲੋੜ ਹੈ ਇਸ ਵੇਲੇ, ਅਤੇ ਹੌਲੀ ਹੌਲੀ ਕਰਕੇ ਤੁਹਾਡੇ ਮੋੜ ਦੇਵਾਂਗੇ। ਇਹ ਮੈਂ ਖੁੱਲ੍ਹੀ ਗੱਲ ਸੰਗਤ ਵਿੱਚ ਕਰ ਦਿੰਦਾ ਹੁੰਦਾ, ਕਿਉਂਕਿ ਤੁਸੀਂ ਮਾਂ ਬਾਪ ਹੋ, ਤੁਸੀਂ ਵੱਡੇ ਹੋ, ਤੁਸੀਂ ਵੱਡੇ ਹੋ, ਸਾਰੇ ਕਾਰਜ ਤੁਸੀਂ ਕੀਤੇ ਨੇ, ਕਰਨੇ ਨੇ, ਅਤੇ ਅਗਾਂਹ ਵੀ ਤੁਸੀਂ ਕਰਾਉਣੇ ਨੇ, ਅਤੇ ਇਸ ਕਰਕੇ ਜੇ ਕੋਈ ਇੱਦਾਂ ਦਾ ਬੈਠਾ ਜਿਹਦੇ ਕੋਲ ਪਈ ਹੈ ਮਾਇਆ, ਉਹ ਸੰਪਰਕ ਕਰ ਸਕਦਾ, ਭਾਵੇਂ ਥੋੜ੍ਹਾ ਵਿਆਜ ਲੈ ਲਏ, ਥੋੜ੍ਹਾ ਥੋੜ੍ਹਾ ਕਰਕੇ ਆਪਾਂ ਮੋੜੀ ਜਾਵਾਂਗੇ ਮਹਾਰਾਜ ਜੀ ਦੀ ਮਿਹਰ ਦੇ ਨਾਲ। ਗੁਰੂ ਕਿਰਪਾ ਕਰੇ, ਪੱਕੇ ਮਹੀਨਾਵਾਰੀ ਡੋਨਰ ਬਣੋ, ਕਿ ਇੰਨੀ ਸੇਵਾ ਭੇਜਣੀ ਭੇਜਣੀ, ਫਿਰ ਇਹ ਸੇਵਾਵਾਂ ਹੋਰ ਚੜ੍ਹਦੀ ਕਲਾ 'ਚ ਹੋਣਗੀਆਂ। ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਸਭਨਾ ਮੈਂ ਇੱਕੋ ਇੱਕ ਵਖਾਣੇ ਜਾਂ ਇੱਕੋ ਵੇਖੇ ਤਾਂ ਇੱਕੋ ਜਾਣੇ, ਜਾਂ ਕੋ ਬਖਸ਼ੇ ਮੇਲੇ ਸੋਏ ਇੱਥੇ ਉੱਥੇ ਇੱਥੇ ਉੱਥੇ, ਬੋਲੋ ਇੱਥੇ ਉੱਥੇ ਸਦਾ ਸੁਖ ਹੋਏ। ਪਰ ਕਦੋਂ ਵਾਹਿਗੁਰੂ 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 ਜਪਾਇਆ 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 ਵਾਹਿਗੁਰੂ 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 ਵਾਹਿਗੁਰੂ। ਸੰਤ ਸੰਗਤ ਮਿਲ ਪਿਆ ਪਰਗਾਸ, ਹਰ ਹਰ ਜਪਤ ਪੂਰਨ ਪਈਆਸ, ਸਰਬ ਕਲਿਆਣ ਸੁਖ ਮਨ ਉਠੇ, ਹਰ ਗੁਣ ਗਾਏ ਗੁਰ ਨਾਨਕ ਤੁਠੇ। ਵਾਹਿਗੁਰੂ 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 ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਜੇ ਲੋੜੇ ਸਦਾ ਸੁਖ ਪਾਏ, ਬਾਬਾ ਦੀਪ ਸਿੰਘ ਜੀ, 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 ਬਾਬਾ
ਸਿੰਘ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਗੁਰੂ ਵਾਹਿਗੁਰੂ, 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 ਆਪਣੀ ਮਿੱਠੀ ਰਸਨਾ ਤੋਂ ਫਰਮਾਨ ਕਰ ਰਹੇ ਪਿਆਰਿਆ, ਜੇ ਤੈਨੂੰ ਸਦਾ ਵਾਸਤੇ ਸੁੱਖ ਚਾਹੀਦੇ ਨੇ, ਸਦਾ ਸੁੱਖ ਚਾਹੁੰਦਾ, ਕਦੀ ਇੱਦਾਂ ਤਾਂ ਨਹੀਂ ਹੁੰਦਾ ਨਾ ਅਸੀਂ ਮੰਨ ਲਓ ਚਲੀਸਾ ਕੱਟ ਰਹੇ ਹਾਂ, ਮੈਂ ਚਲੀਆ ਕੱਟਣਾ, ਚਲੀਆ ਕੱਟ ਰਿਹਾ, ਮੈਨੂੰ ਸੁੱਖ ਵੀ 40 ਦਿਨਾਂ ਲਈ ਚਾਹੀਦੇ ਨੇ, ਇੱਦਾਂ ਤਾਂ ਨਹੀਂ ਹੁੰਦਾ ਨਾ। ਮੈਂ ਬਾਣੀ ਪੜ੍ਹ ਰਿਹਾ, ਨਿਤਨੇਮ ਕਰ ਰਿਹਾ, ਮੈਨੂੰ ਸੁੱਖ ਥੋੜੇ ਮਿੰਟਾਂ ਲਈ, ਥੋੜੇ ਸਕਿੰਟਾਂ ਲਈ, ਜਾਂ ਥੋੜੇ ਹਫ਼ਤਿਆਂ, ਥੋੜੇ ਮਹੀਨਿਆਂ ਲਈ ਚਾਹੀਦੇ ਨੇ, ਇੱਦਾਂ ਨਹੀਂ ਹੁੰਦਾ। ਬੰਦਾ ਕਹਿੰਦਾ ਮੈਨੂੰ ਸਦਾ ਵਾਸਤੇ ਸੁੱਖ ਮਿਲੇ, ਸਦਾ ਵਾਸਤੇ, ਤੇ ਥੋੜਾ ਜਿਹਾ ਭੁਲੇਖਾ ਖਾ ਜਾਂਦੇ ਅਸੀਂ। ਪਤਾ ਕੀ, ਜਿੰਨਾ ਸੁੱਖਾਂ ਦਾ ਸੰਬੰਧ ਸਾਡੇ ਸਰੀਰ ਨਾਲ ਉਹਨਾਂ ਨੂੰ ਅਸੀਂ ਸੁੱਖ ਮੰਨਦੇ ਹਾਂ,
ਜਿਹੜੀਆਂ ਚੀਜ਼ਾਂ ਦਾ ਸੰਬੰਧ ਸਾਡੇ ਸਰੀਰ ਨਾਲ ਹੈ ਉਹਨਾਂ ਨੂੰ ਸੁੱਖ ਮੰਨਦੇ ਆ ਸੁੱਖ, ਪਰ ਇਹ ਭੁੱਲ ਜਾਂਦੇ ਆ ਕਿ ਜਦੋਂ ਸਰੀਰ ਜਾਏਗਾ ਇਹ ਸੁੱਖ ਵੀ ਨਾਲ ਹੀ ਚਲੇ ਜਾਣੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਫਿਰ ਕਿਹੜਾ ਸੁੱਖ ਅਸਲੀਅਤ ਦੇ ਵਿੱਚ, ਕਿਹੜਾ ਸੁੱਖ ਜਿਹੜਾ ਜਿਉਂਦਿਆਂ ਜੀ ਵੀ ਨਾਲ ਨਿਭਦਾ ਹੈ ਤੇ ਮਰਨ ਤੋਂ ਬਾਅਦ ਵੀ ਨਾਲ ਨਿਭਦਾ ਹੈ। ਜਿਹੜੇ ਦੁਨਿਆਵੀ ਸੁੱਖ ਨੇ ਉਹ ਤੇ ਇੱਥੇ ਰਹਿ ਗਏ, ਮਰਨ ਤੋਂ ਬਾਅਦ ਕਿਸੇ ਨੇ ਸਾਥ ਨਾ ਦਿੱਤਾ। ਪਰ ਉਹ ਕਿਹੜਾ ਸੁੱਖ ਹੈ ਜਿਹੜਾ ਜਿਉਂਦਿਆਂ ਜੀ ਵੀ ਨਿਭਿਆ, ਮਰਨ ਲੱਗਿਆਂ ਵੀ ਮੇਰੇ ਨਾਲ ਹੀ ਗਿਆ। ਉਹ ਸੁੱਖ ਹੈ ਸੁੱਖ ਅੰਮ੍ਰਿਤ ਪ੍ਰਭ ਨਾਮ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹ ਸੁੱਖ ਕਿਹੜਾ? ਸੁੱਖ ਅੰਮ੍ਰਿਤ ਪ੍ਰਭ ਨਾਮ, ਜਿਹੜਾ ਜਿਉਂਦਿਆਂ ਜੀ ਵੀ ਨਿਭਦਾ ਹੈ ਤੇ ਮਰਨ ਤੋਂ ਬਾਅਦ ਵੀ ਉਹ ਸੁੱਖ ਨਾਲ ਹੀ ਜਾਂਦਾ। ਨਾਮ ਦਾ ਸੁੱਖ, ਬੰਦਗੀ ਦਾ ਸੁੱਖ, ਉਹ ਸੁੱਖ। ਮਹਾਰਾਜ ਮੈਂ ਚਾਹੁੰਦਾ ਮੈਨੂੰ ਵੀ ਸਦਾ ਵਾਸਤੇ ਸੁੱਖ ਮਿਲੇ, ਮੈਨੂੰ ਵੀ ਕੋਈ ਜੁਗਤੀ ਦੇ ਦੇ, ਇਹ ਨਾਮ ਪੱਕੇ ਤੌਰ ਤੇ ਮੇਰੇ ਅੰਦਰ ਵਸ ਜੇ। ਜਿਹੋ ਜਿਹਾ ਮਰਜ਼ੀ ਮੇਰੀ ਲਾਈਫ ਵਿੱਚ ਸਮਾਂ ਆ ਜੇ, ਮੈਂ ਦੁਖੀ ਨਾ ਹੋਵਾਂ, ਪਰੇਸ਼ਾਨ ਨਾ ਹੋਵਾਂ, ਟੈਨਸ਼ਨ 'ਚ ਨਾ ਆਵਾਂ, ਡਿਪਰੈਸ਼ਨ 'ਚ ਨਾ ਜਾਵਾਂ, ਕੁਝ ਤੇ ਕਿਰਪਾ ਕਰੋ, ਮੈਂ ਤੁਹਾਡੀ ਸੰਗਤ 'ਚ ਆਇਆ, ਮੈਂ ਤੁਹਾਡਾ ਬੱਚਾ ਵਾਂ, ਕੁਝ ਤੇ ਮਿਹਰ ਕਰੋ। ਤੇ ਮਹਾਰਾਜ ਕਹਿੰਦੇ ਜੇ ਸਦਾ ਵਾਸਤੇ ਸੁੱਖ ਚਾਹੀਦਾ ਹੀ ਨਾ, ਤੇ ਇਹ ਨਹੀਂ ਕਿ 40 ਦਿਨਾਂ ਵਾਸਤੇ ਨਾਮ ਜਪਣਾ, ਇਹ ਨਹੀਂ ਕਿ ਹਫਤੇ ਵਾਸਤੇ ਨਾਮ ਜਪਣਾ, ਇਹ ਨਹੀਂ ਕਿ ਮਹੀਨੇ ਵਾਸਤੇ ਮਹਾਂਪੁਰਖਾਂ ਦੀ ਸੰਗਤ ਕਰਨੀ ਹੈ, ਇਹ ਨਹੀਂ ਕਿ ਹਫਤੇ ਲਈ ਮਹਾਂਪੁਰਖਾਂ ਦੀ ਸੰਗਤ ਕਰਨੀ। ਕਹਿੰਦੇ ਜੇ ਸੁੱਖ ਸਦਾ ਵਾਸਤੇ ਚਾਹੀਦੇ ਨੇ ਤੇ ਮਹਾਂਪੁਰਖਾਂ ਦੀ ਸੰਗਤ ਵੀ ਸਦਾ ਵਾਸਤੇ ਕਰ, ਜੇ ਲੋੜੇ ਸਦਾ ਸੁੱਖ ਭਾਈ ਸਾਧੂ ਸੰਗਤ ਗੁਰੇ ਬਤਾਈ। ਬਾਬਾ ਦੀਪ ਸਿੰਘ ਜੀ ਦੀ ਸੰਗਤ ਫਿਰ ਰੋਜ਼ ਕਰ, ਆ ਸੰਗਤ ਵਿੱਚ ਰੋਜ਼ ਭੱਜ ਭੱਜ ਕੇ ਆ, ਜਿੱਥੇ ਤੈਨੂੰ ਆ ਵਣਜ ਕਰਨ ਦਾ ਸਮਾਂ ਮਿਲੇ ਨਾ, ਰੋਜ਼ ਭੱਜ ਭੱਜ ਕੇ ਆ, ਨਾਮ ਦਾ ਵਪਾਰ ਕਰ। ਜੇ ਤੈਨੂੰ ਸਦਾ ਵਾਸਤੇ ਸੁੱਖ ਚਾਹੀਦੇ ਨੇ ਫਿਰ ਸਦਾ ਵਾਸਤੇ ਹੀ ਸੰਗਤ ਨਾਲ ਜੁੜਿਆ ਰਹੋ। ਆਖੋ ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਬਾਬਾ ਦੀਪ ਸਿੰਘ ਜੀ ਦੀ ਸੰਗਤ ਵਿੱਚ ਰੋਜ਼ ਹੀ ਆ ਕੇ ਬਹਿ, ਰੋਜ਼ ਹੀ ਰੋਜ਼ ਹੀ ਮਹਾਂਪੁਰਖਾਂ ਦੀ ਸੰਗਤ ਕਰ, ਜੇ ਸਦਾ ਵਾਸਤੇ ਸੁੱਖ ਚਾਹੀਦੇ, ਕਿਉਂਕਿ ਮਹਾਂਪੁਰਖਾਂ ਦੀ ਸੰਗਤ ਨੇ ਜੋੜ ਦਿੱਤਾ ਨਾਮ ਦੇ ਨਾਲ, ਮਹਾਂਪੁਰਖਾਂ ਦੀ ਸੰਗਤ ਨੇ ਜੋੜ ਦਿੱਤਾ ਬੰਦਗੀ ਦੇ ਨਾਲ, ਮਹਾਂਪੁਰਖਾਂ ਦੀ ਸੰਗਤ ਨੇ ਜੋੜ ਦਿੱਤਾ ਚੁਪਹਿਰਿਆਂ ਦੇ ਨਾਲ ਕਿ ਜਾ ਕੇ ਚੁਪਹਿਰਿਆਂ 'ਚ ਪਾਣੀ ਪੜ ਪਾਣੀ ਨਾਲ, ਤੇ ਫਿਰ ਉਹ ਬਾਣੀ ਦਾ ਸਦਕਾ, ਨਾਮ ਦਾ ਸਦਕਾ ਸਦਾ ਵਾਸਤੇ ਤੈਨੂੰ ਵੀ ਸੁੱਖ ਮਿਲਦੇ ਜਾਣਗੇ। ਜੇ ਲੋੜੇ ਸਦਾ ਸੁੱਖ ਭਾਈ ਸਾਧੂ ਸੰਗਤ ਗੁਰੇ ਬਤਾਈ, ਗੁਰੇ ਬਤਾਈ। ਤੇ ਇਹ ਸੰਗਤ ਦੇ ਲਾਭ ਕੀ ਨੇ? ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ ਮੈਨੂੰ ਹੋਰ ਕਿਹੜੀ ਕਿਹੜੀ ਸੋਝੀ ਮਿਲੀ? ਸਤਿਗੁਰੂ ਕਿਰਪਾ ਕਰਕੇ ਫੁਰਮਾਨ ਕਰ ਰਹੇ ਨੇ, ਮੇਰੀ ਬੇਨਤੀ ਪੜਿਓ ਪਿਆਰ ਦੇ ਨਾਲ, ਕੀ ਸ਼ੁਰੂਆਤ ਦੇ ਵਿੱਚ ਬਚਨ ਕਰਦੇ ਨੇ, ਪੜਿਓ ਜੀ ਪਿਆਰ। ਤਿਸ ਤੂੰ ਸੇਵਾ ਜਿਨ ਤੂੰ ਕੀਆ, ਤਿਸ ਆਰਾਧ ਜਿਨ ਜੀਓ ਦੀਆ,
ਮਹਾਂਪੁਰਖਾਂ ਦੀ ਸੰਗਤ ਨੇ ਮੈਨੂੰ ਦੱਸ ਦਿੱਤਾ ਕਿ ਜਿਸ ਪਰਮੇਸ਼ਰ ਨੇ ਤੈਨੂੰ ਪੈਦਾ ਕੀਤਾ ਨਾ, ਉਹਦੀ ਸੇਵਾ ਕਰ, ਉਹਦੀ ਭਗਤੀ ਕਰ, ਆਪਣੇ ਨਾਲ ਨਹੀਂ ਜੋੜਿਆ। ਕਹਿੰਦੇ ਜਿੰਨੇ ਤੈਨੂੰ ਪੈਦਾ ਕੀਤਾ ਨਾ, ਉਹਦੀ ਸੇਵਾ ਕਰ, ਉਹਦੀ ਭਗਤੀ ਕਰ, ਉਹਨੂੰ ਆਰਾਧ ਜਿੰਨੇ ਤੈਨੂੰ ਇਹ ਜਿੰਦ ਦਿੱਤੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਉਹਦਾ ਨਾਮ ਸਿਮਰ ਜਿੰਨੇ ਤੈਨੂੰ ਆ ਜਿੰਦ ਦਿੱਤੀ ਹੈ, ਜਿੰਦ ਜਿੰਨੇ ਤੈਨੂੰ ਇਹ ਜਾਨ ਬਖਸ਼ੀ ਹੈ, ਉਹਦਾ ਨਾਮ ਜਪ, ਉਹਦੇ ਨਾਲ ਜੁੜ। ਮਹਾਂਪੁਰਖਾਂ ਨੇ ਮੈਨੂੰ ਆਹ ਦੱਸਤਾ। ਹੁਣ ਤੁਸੀਂ ਸਿਆਣੇ ਦੇਖੋ, ਸਾਡਾ ਕੋਈ 10 ਦਾ ਨੋਟ ਵੀ ਜ਼ਮੀਨ ਤੇ ਡਿੱਗ ਪਵੇ ਨਾ, ਕੋਈ ਚੱਕ ਕੇ ਦੇਵੇ, ਅਸੀਂ ਉਹਦਾ ਸ਼ੁਕਰਾਨਾ ਕਰਦੇ ਹਾਂ ਵੀ ਤੇਰਾ ਸ਼ੁਕਰਾਨਾ, ਧੰਨਵਾਦ, ਤੂੰ 10 ਰੁਪਈਏ ਮੇਰੇ ਇੱਦਾਂ ਚੱਕ ਕੇ ਦੇ ਤੇ, ਮੇਰੇ ਦਿਮਾਗ 'ਚ ਨਹੀਂ ਸੀ ਡਿੱਗ ਪਏ, ਚੱਕ ਕੇ ਦੇ ਦਿੱਤੇ। ਜਿਹਨੇ ਸਭ ਕੁਝ ਦਿੱਤਾ ਉਹਨੂੰ ਅਸੀਂ ਚੇਤੇ ਕਰਦੇ ਹੀ ਕੋਈ ਨਹੀਂ। ਜਿਹਨੇ ਆਹ ਜਿੰਦ ਦਿੱਤੀ, ਜਿਹਨੇ ਜਾਨ ਦਿੱਤੀ, ਜਿਹਨੇ ਸਾਨੂੰ ਇਹ ਸਾਹ ਦਿੱਤੇ ਨੇ, ਮਾਂ ਦੇ ਗਰਭ ਦੇ ਵਿੱਚ ਵੀ ਜਿਹਨੇ ਆਪਣਾ ਸਿਮਰਨ ਦੇ ਕੇ ਸਾਨੂੰ ਰੱਖਿਆ, ਅਸੀਂ ਉਹਨੂੰ ਯਾਦ ਹੀ ਨਹੀਂ ਕਰਦੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੱਚਾਈ ਇਹ, ਮਾਂ ਦੇ ਗਰਭ ਵਿੱਚ ਜਦੋਂ ਪੁੱਠੇ ਲਟਕੇ ਸਨ, ਉੱਥੇ ਅੱਗ ਸੀ, ਅੱਗ ਸਿਮਰਨ ਤੇ ਤੇਰਾ ਉਦੋਂ ਸ਼ੁਰੂ ਹੋ ਗਿਆ ਸੀ, ਤਾਂ ਹੀ ਤੂੰ ਬਚਿਆ। ਜਿਹੜੇ ਸਿਮਰਨ ਨਹੀਂ ਨਾ ਕਰਦੇ ਮਾਂ ਦੇ ਗਰਭ ਦੇ ਵਿੱਚ, ਸੱਚੀ ਗੱਲ ਉਹ ਗਰਭ 'ਚ ਗਲ ਜਾਂਦੇ ਨੇ, ਗਰਭ 'ਚ ਗਲ ਜਾਂਦੇ। ਜਨਮ ਹੀ ਤੇਰਾ ਸਿਮਰਨ ਕਰਕੇ ਹੋਇਆ, ਸਿਮਰਨ ਕਰਦਾ ਸੀ ਤੇਰਾ ਜਨਮ ਹੋਇਆ, ਜਨਮ ਹੋਣ ਤੋਂ ਬਾਅਦ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਜਨਮ ਹੋਣ ਤੋਂ ਬਾਅਦ ਤੇਰੀ ਉਹ ਚੀਜ਼ ਟੁੱਟੀ ਏ। ਤੇ ਸੱਚਾਈ ਏ, ਜੇ ਮਾਂ ਦੇ ਗਰਭ ਦੇ ਵਿੱਚ ਸਿਮਰਨ ਨਹੀਂ ਤੇ ਤੇਰਾ ਜਨਮ ਗਲ ਜਾਏਗਾ, ਤੇ ਜੇ ਜਨਮ ਲੈਣ ਤੋਂ ਬਾਅਦ ਸਿਮਰਨ ਨਹੀਂ ਤੇ ਤੇਰਾ ਜੀਵਨ ਗਲ ਜਾਏਗਾ, ਜੀਵਨ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ, ਉਹਨੂੰ ਯਾਦ ਕਰ ਜਿੰਨੇ ਮਾਂ ਦੇ ਪੇਟ 'ਚ ਵੀ ਤੇਰੀ ਰੱਖਿਆ ਕੀਤੀ, ਉਹਦਾ ਸ਼ੁਕਰਾਨਾ ਕਰ ਜਿੰਨੇ ਤੈਨੂੰ ਇਹ ਜਨਮ ਦਿੱਤਾ, ਹਰ ਵੇਲੇ ਉਹਦਾ ਸ਼ੁਕਰਾਨਾ, ਜਿੰਨੇ ਤੈਨੂੰ ਇਹ ਜਿੰਦ ਜਾਣ ਦਿੱਤੀ। ਮੈਂ ਇੱਕ ਦਿਨ ਤੁਹਾਨੂੰ ਬਚਨ ਸੁਣਾਇਆ ਸੀ, ਬਾਬਾ ਸ਼ਾਮ ਸਿੰਘ ਜੀ ਮਹਾਂਪੁਰਖ, ਆਟਾ ਮੰਡੀ ਅਸਥਾਨ ਹੁਣ ਵੀ ਬਣਿਆ ਦਰਬਾਰ ਸਾਹਿਬ, ਸਵੇਰੇ ਅੰਮ੍ਰਿਤ ਵੇਲੇ ਉਹਨਾਂ ਦਾ ਨਾਮ ਲੈ ਕੇ ਅਰਦਾਸ ਹੁੰਦੀ ਹੈ, ਉਹਨਾਂ ਦੇ ਅਸਥਾਨ ਤੋਂ ਦੇਗ ਆਉਂਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਇੱਕੋ ਮਹਾਂਪੁਰਖ ਦਾ ਨਾਮ ਦਰਬਾਰ ਸਾਹਿਬ ਵੀ ਰੋਜ਼ ਲਿਆ ਜਾਂਦਾ, ਬਾਬਾ ਸ਼ਾਮ ਸਿੰਘ ਜੀ ਦਾ। ਆਟਾ ਮੰਡੀ ਉਹਨਾਂ ਦਾ ਅਸਥਾਨ, ਤੇ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਕਰਦੇ ਸੀ, ਤੇ ਜਿਹੜਾ ਵੀ ਬਾਟਾ ਫੜਦਾ ਸੀ, ਉਹ ਛੰਨਾ ਫੜਦਾ ਸੀ, ਉਹਨੂੰ ਕਹਿੰਦੇ ਬੋਲ ਪਿਆਰੇ ਆ ਵਾਹਿਗੁਰੂ, ਤੁਸੀਂ ਵੀ ਬੋਲੋ ਵਾਹਿਗੁਰੂ ਵਾਹਿਗੁਰੂ। ਜਿੰਨੇ ਵੀ ਪਾਣੀ ਪੀਣ ਆਉਣਾ ਕਹਿਣਾ ਬਈ ਬੋਲ ਵਾਹਿਗੁਰੂ। ਇੱਕ ਘਰੋਂ ਕਲਪਿਆ ਬੰਦਾ ਆਇਆ, ਜਦੋਂ ਮਹਾਂਪੁਰਖਾਂ ਨੇ ਕਿਹਾ ਨਾ, ਜਦੋਂ ਪਾਣੀ ਪੀਣ ਲੱਗਾ ਕਹਿੰਦੇ ਬੋਲ ਵਾਹਿਗੁਰੂ, ਉਹਨੇ ਕੌਲਾ ਵਗਾ ਕੇ ਮਾਰਿਆ, ਕਹਿੰਦਾ ਮੈਂ ਕਿਉਂ ਬੋਲਾਂ, ਮੈਨੂੰ ਤੇਰੇ ਵਾਹਿਗੁਰੂ ਨੇ ਦਿੱਤਾ ਹੀ ਕੀ ਹੈ, ਮੈਨੂੰ ਕੀ ਦਿੱਤਾ। ਕੱਪੜੇ ਪਾਟੇ ਸੀ, ਕਈ ਦਿਨਾਂ ਦਾ ਭੁੱਖਾ ਪਿਆਸਾ, ਕੁਝ ਖਾਧਾ ਨਹੀਂ ਇਹਨੇ, ਕਹਿੰਦਾ ਮੈਨੂੰ ਤੇਰੇ ਵਾਹਿਗੁਰੂ ਨੇ ਦਿੱਤਾ ਕੀ ਹੈ। ਮਹਾਂਪੁਰਖ ਸਮਝ ਗਏ, ਪਤਾ ਕੀ ਕਹਿੰਦੇ, ਕਹਿੰਦੇ ਪਿਆਰਿਆ ਕੁਝ ਦਿਨ ਸਾਡੇ ਕੋਲ ਰਹਿ, ਸੋਹਣੇ ਕੱਪੜੇ ਵੀ ਦਿਆਂਗੇ, ਤੇਰੀ ਸੇਵਾ ਪਾਣੀ ਵੀ ਸੋਹਣੀ ਕਰਾਂਗੇ, ਤੈਨੂੰ ਰਹਿਣ ਨੂੰ ਵੀ ਸੋਹਣੀ ਜਗ੍ਹਾ ਦਿਆਂਗੇ, ਖਾਣ ਨੂੰ ਵੀ ਸੋਹਣੇ ਪਦਾਰਥ ਦਿਆਂਗੇ, ਕੁਝ ਦਿਨ ਸਾਡੇ ਕੋਲ ਰਹਿ, ਬਾਅਦ ਚੋਂ ਗੱਲ ਕਰਾਂਗੇ। ਕਹਿੰਦਾ ਚਲੋ ਮੈਨੂੰ
ਭੁੱਖ ਮਿਟਾਉਣ ਵਾਸਤੇ ਜਗ੍ਹਾ ਲੱਭ ਗਈ, ਰਹਿਣ ਵਾਸਤੇ ਜਗ੍ਹਾ ਲੱਭ ਗਈ, ਸੇਵਾ ਹੋਣੀ, ਇਹ ਤੋਂ ਹੋਰ ਵੱਡੀ ਗੱਲ ਕਿਹੜੀ? ਉਹਨੇ ਰਹਿਣਾ ਸ਼ੁਰੂ ਕਰਤਾ। 7-8 ਦਿਨ ਮਹਾਂਪੁਰਖਾਂ ਨੇ ਸੇਵਾਦਾਰਾਂ ਨੂੰ ਕਹਿ ਕੇ ਉਹਦੀ ਬੜੀ ਸੇਵਾ ਕਰਾਈ ਤੇ 7ਵੇਂ 8ਵੇਂ ਦਿਨ ਮਹਾਂਪੁਰਖਾਂ ਨੇ ਕੋਲ ਬੁਲਾ ਲਿਆ, ਕਹਿੰਦੇ ਪਿਆਰਿਆ ਤੇਰੇ ਕੋਲੋਂ ਅੱਜ ਕੁਝ ਲੈਣਾ ਹੈ। ਕਹਿੰਦਾ ਮਹਾਂਪੁਰਸ਼ੋ, ਤੁਸੀਂ ਇੰਨੀਆਂ ਬਖਸ਼ਿਸ਼ਾਂ ਦੇ ਦਿੱਤੀਆਂ, ਖਾਣ ਨੂੰ ਪਦਾਰਥ ਦੇ ਦਿੱਤੇ, ਪਾਉਣ ਨੂੰ ਸੋਹਣੇ ਲੀੜੇ ਦੇ ਦਿੱਤੇ, ਆ ਰਹਿਣ ਵਾਸਤੇ ਸੋਹਣਾ ਇਹ ਕਮਰਾ ਦੇ ਦਿੱਤਾ ਮੈਨੂੰ, ਜੋ ਤੁਸੀਂ ਕਹੋ ਮੈਂ ਦੇਣ ਨੂੰ ਤਿਆਰ ਹਾਂ। ਮਹਾਂਪੁਰ ਕਹਿੰਦੇ ਸੋਚ ਲੈ, ਜੋ ਮੰਗਾਂਗੇ ਦੇਵੇਂਗਾ ਜੀ, ਦੇਵਾਂਗਾ। ਮਹਾਂਪੁਰ ਕਹਿੰਦੇ ਇੱਦਾਂ ਕਰ, ਆਪਣੀ ਇੱਕ ਅੱਖ ਕੱਢ ਕੇ ਸਾਡੀ ਤਲੀ ਤੇ ਧਰ ਦੇ ਤੇ ਹੁਣੇ 1,000 ਰੁਪਈਆ ਲੈ ਲੈ। ਉਦੋਂ ਦਾ 1,000 ਅੱਜ ਦੇ ਕਈ ਹਜ਼ਾਰਾਂ ਲੱਖਾਂ ਨਾਲ। ਕਹਿੰਦਾ ਮਹਾਂਪੁਰਖੋ, ਆਹ ਤੁਹਾਨੂੰ ਕੀ ਹੋ ਗਿਆ, ਆਪਣੀ ਇੱਕ ਅੱਖ ਦੇ ਦੇ। ਕਹਿੰਦੇ ਤੂੰ ਆਪਣੀ ਗੱਲ ਕਰ, ਅਸੀਂ ਆਪਣੀ ਕਰਦੇ ਹਾਂ, ਜੇ ਇੱਕ ਹੱਥ ਵੀ ਵੱਢ ਕੇ ਦੇਵੇ ਨਾ ਤੇ 5,000 ਦਿੱਤਾ। ਉਦੋਂ ਦਾ 5,000 ਹੁਣ ਦੇ ਲੱਖਾਂ ਲਾ ਲੋ। ਕਹਿੰਦਾ ਮਹਾਂਪੁਰਖੋ, ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ? ਕਹਿੰਦੇ ਤੂੰ ਆਪਣੀ ਕਰ, ਅਸੀਂ ਆਪਣੀ ਗੱਲ ਕਰਦੇ ਹਾਂ, ਜੇ ਇੱਕ ਪੈਰ ਵੀ ਵੱਢ ਕੇ ਦੇਵੇ ਨਾ ਤੈਨੂੰ ਹੁਣੇ 10,000 ਦਿੱਤਾ। ਕਹਿੰਦਾ ਮਹਾਂਪੁਰਸ਼ ਕਿਵੇਂ ਹੋ ਸਕਦਾ, ਅੱਖ ਕਿਵੇਂ ਦੇਵਾਂ, ਲੋਕੀ ਮੈਨੂੰ ਕਾਣਾ ਕਹਿਣਗੇ, ਹੱਥ ਕਿਵੇਂ ਦੇਵਾਂ, ਸਾਰਾ ਜੋ ਕੰਮ ਕਾਰ ਕਰਨਾ ਮੇਰੇ ਲਈ ਔਖਾ ਹੋ ਜਾਏਗਾ, ਪੈਰ ਕਿਵੇਂ ਦੇ ਦਿਆਂ, ਚੱਲਣਾ ਮੇਰਾ ਔਖਾ, ਇਹ ਕਿਸੇ ਕੀਮਤ ਤੇ ਮੈਂ ਤੁਹਾਨੂੰ ਆਪਣੇ ਅੰਗ ਨਹੀਂ ਦੇ ਸਕਦਾ। ਮਹਾਂਪੁਰਸ਼ ਕਹਿੰਦੇ ਯਾਦ ਕਰ, ਉਹ ਦਿਨ ਯਾਦ ਕਰ, ਜਦੋਂ ਅਸੀਂ ਤੈਨੂੰ ਕਿਹਾ ਸੀ ਜਲ ਛਕਣ ਤੋਂ ਪਹਿਲੇ ਬੋਲ ਵਾਹਿਗੁਰੂ, ਤੇ ਤੂੰ ਕਿਹਾ ਸੀ ਵਾਹਿਗੁਰੂ ਨੇ ਦਿੱਤਾ ਕੀ? ਉਹ ਪਿਆਰਿਆ, ਤੇਰੇ ਇੱਕ ਇੱਕ ਅੰਗ ਦੀ ਅਸੀਂ 1,000-1,000 ਰੁਪਈਏ ਕੀਮਤ ਪਾ ਰਹੇ, ਤਾਂ ਵੀ ਤੂੰ ਦੇਣ ਨੂੰ ਤਿਆਰ ਨਹੀਂ। ਇਹ ਰੱਬ ਨੇ ਤੈਨੂੰ ਨਿਰੋਗ ਸਰੀਰ ਦਿੱਤਾ, ਇਹ ਕੋਈ ਛੋਟੀ ਗੱਲ ਥੋੜੀ ਏ। ਉਹਨਾਂ ਕੋਲੋਂ ਪੁੱਛ ਕੇ ਵੇਖ, ਜਿਨ੍ਹਾਂ ਦਾ ਇੱਕ ਪੈਰ ਨਹੀਂ ਹੁੰਦਾ, ਪੈਰ ਦੀ ਕੀਮਤ ਤੇ ਉਹਨਾਂ ਨੂੰ ਪਤਾ ਹੈ, ਹੱਥ ਜਿਨ੍ਹਾਂ ਦਾ ਨਹੀਂ ਹੁੰਦਾ ਉਹਨਾਂ ਹੱਥ ਦੀ ਕੀਮਤ ਦਾ ਤੇ ਉਹਨਾਂ ਨੂੰ ਪਤਾ ਹੈ। ਅੱਖ, ਮੈਂ ਕਹਿੰਦਾ ਅੱਖ ਨਾ ਹੋਵੇ ਉਹਨਾਂ ਨੂੰ ਤੇ ਕੀਮਤ ਪਤਾ ਹੀ ਹੈ। ਉਹ ਜਰਾ ਜਿੰਨੀ ਅੱਖ 'ਚ ਰੜਕ ਪੈ ਜਾਏ ਕਿੰਨਾ ਅਸੀਂ ਤੜਫਦੇ ਹਾਂ, ਹਾਏ ਮੇਰੀ ਅੱਖ ਗਈ, ਹਾਏ ਮੇਰੀ, ਇੱਦਾਂ ਕਰਦੇ ਹਾਂ ਨਾ, ਹਾਏ ਮੇਰੀ ਅੱਖ ਗਈ। ਉਹ ਨਿੱਕੀ ਜਿੰਨੀ ਰੜਕ ਪੈ ਜਾਏ ਤਾਂ ਤੇਰਾ ਜੀਵਣਾ ਔਖਾ ਹੋ ਜਾਂਦਾ, ਤੇ ਜਿਨ੍ਹਾਂ ਦੀ ਇੱਕ ਅੱਖ ਨਹੀਂ ਹੁੰਦੀ, ਪੁੱਛ ਕੇ ਵੇਖ ਇੱਕ ਅੱਖ ਦੀ ਕੀਮਤ ਕੀ ਹੈ ਉਹਨਾਂ ਕੋਲ। ਉਹ ਰੱਬ ਨੇ ਤੈਨੂੰ ਆ ਸਾਰਾ ਕੁਝ ਦਿੱਤਾ, ਉਹ ਪਿਆਰਿਆ ਉਹਦੇ ਨਾਲ ਗਿਲੇ ਸ਼ਿਕਵੇ ਨਾ ਕਰ, ਉਹਦਾ ਸ਼ੁਕਰਾਨਾ ਕਰ, ਸ਼ੁਕਰਾਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਮਹਾਂਪੁਰਖਾਂ ਦੀ ਸੰਗਤ ਨੇ ਸਾਨੂੰ ਆ ਸਿਖਾਤਾ, ਤਿਸ ਤੋਂ ਸੇਵ ਜਿਨ ਤੋਂ ਕੀਆ, ਉਹ ਜਿਨ੍ਹੇ ਤੈਨੂੰ ਕੀਤਾ ਹੈ ਨਾ, ਜਿਨ੍ਹੇ ਪੈਦਾ ਕੀਤਾ ਉਹਦੀ ਸੇਵਾ ਕਰ, ਉਹਦੀ ਭਗਤੀ ਕਰ, ਤਿਸ ਅਰਾਦ ਜਿਨ ਜੀਓ ਦੀ ਆ ਉਹਦਾ ਸਿਮਰਨ ਕਰ, ਉਹਦਾ ਧਿਆਨ ਧਰ, ਜਿਨ੍ਹੇ ਤੈਨੂੰ ਇਹ ਜਿੰਦ ਜਾਣ ਦਿੱਤੀ ਹੈ। ਅੱਗੇ ਕੀ ਕਹਿ ਰਹੇ ਪੜਿਓ ਜੀ। ਤਿਸ ਕਾ ਚੱਕਰ ਹੋਏ ਫਿਰ ਡਰ ਨਾ ਲਾਗੇ। ਦੇਖੋ ਕਹਿੰਦੇ ਉਹਦਾ ਚੱਕਰ ਬਣ ਜਾ, ਉਹਦਾ ਚੱਕਰ ਮਹਾਰਾਜ, ਜਦੋਂ ਮੈਂ ਉਹਦੀ ਚੱਕਰੀ ਕਰਾਂਗਾ। ਚੱਕਰੀ ਹੁੰਦੀ ਚਾਕਰੀ, ਚਾਹ ਦੇ ਨਾਲ ਜਿਹੜੀ ਕੀਤੀ ਜਾਵੇ, ਜਿਹੜੀ ਬੱਧਾ ਚੱਟੀ ਨਾਲ ਕੀਤੀ ਉਹ ਚੱਕਰੀ ਥੋੜੀ ਹੋਈ, ਜਿਹੜੀ ਚਾਹ ਨਾਲ। ਜੇ ਕਿਹਾ ਇੱਥੇ ਬਹਿ ਤੇ ਬਹਿਣਾ, ਜੇ ਕਿਹਾ ਖਲੋ ਤੇ ਉਦੋਂ ਤੱਕ ਖਲੋਤੇ ਰਹਿਣਾ ਜਦ ਤੱਕ ਅਗਲਾ ਹੁਕਮ ਨਾ ਆਵੇ ਮਹਾਂਪੁਰਖਾਂ ਦਾ। ਇਹ ਚਾਕਰੀ ਏ, ਚਾਹ ਦੇ ਨਾਲ ਜਿਹੜੀ ਕੀਤੀ ਗਈ ਉਹ ਚੱਕਰੀ। ਕਹਿੰਦੇ ਮਹਾਂਪੁਰਖਾਂ ਦੀ ਕਮਾਈ ਵਾਲਿਆਂ ਦੀ, ਆਪਣੇ ਗੁਰੂ ਪਿਤਾ ਦੀ ਚੱਕਰੀ ਕਰ। ਜਦੋਂ ਗੁਰ ਪਰਮੇਸ਼ਰ ਦੀ
चाकरी करेगा, ब्रह्म ज्ञानी परमेश्वर दत्तिया की चाकरी करेगा, फिर वो तेनू जमा दी मार नहीं पाएगी। आखो धन गुरु रामदास जी, गुरु राम जमा का डंड तेनू नहीं लगना। मरण तो बाद जेड़े जम उन्हां तो भी बच जाएगा, ते जेड़े जिउंदियां जी जम चिमड़े ने ना जिउंदियां जी, कदी कुत्ता बन जांदा, बनदे आ पर कुत्ते जदों अंदर लालच आ गया कुत्ते बन गए, उसे टाइम जून च पै गए कुत्ते दी। जदों प्यारे हो मोह जागदे अंदर, उदों असी सूर दी जूनी पै जांदे, आ मेरा परिवार, आ मेरे बच्चे, आ मेरा सब। किनिया किनिया जूना दिहाड़ी च भी भुगत लैने आ, कहिंदे आ जमा दी मार तों तू बच जाएगा, जिउंदियां जी भी ते मरण तों बाद भी जिहड़ी मार पैणी ना उहदे तों बच जाएगा जदों तू उहदी चाकरी चा नाल करेगा। पर यह चीज दसी किने? महापुरखां ने। आखो धन गुरु रामदास जी। अगे की कह रहे, पढ़ियो जी। तिसकी कर पोतदारी फिर दुख न लागे। पोतदारी का मतलब होंदा है जिवें कईआं ने अपनी दुकान दे उत्ते मुनीम रखे होंदे ने, पहले मुनीम हुण अकाउंटेंट कह लो। हुण मुनीम दा काम की है? मन लो दुकानदार ने अज 10,000 रुपया सेल की, 10,000 मुनीम तक आ गया, 10,000 जदों आया उन्हें लेखा जोखा कीता, अकाउंट बनाए, जदों अकाउंट बनाए अखीर ते की कीता, वो जेड़ा 10,000 हाथ विच आया वो कीता लॉकर दे विच बंद, चाबी फड़ा दिती मालक नूं। मुनीम दा काम इन्ना ही है, उन्हें वेख्या सारा हिसाब किताब ला लिया, 10,000 अज आया उन्हें लॉकर दे विच रखिया, मारी चाबी ताला मारिया, चाबी फड़ाती मालक नूं। हुण मालक जाने रात नूं ओह माया चोरी होनी है कि कितना, मुनीम ने अपना फर्ज निभाता। हुण मालक दी माया मान लो उत्थे पई है जां माया चोरी हो गई, चिंता किहनूं? मालक नूं। इसे तरह महाराज कहिंदे तूं वी अपने साहिब दे भंडारियां दा मुनीम बन के रह, उहदी पोतदारी कर। तू कहना ना आ मेरा, आ मेरा, आ मेरा, आ मेरा, कहिंदे मेरा मेरा ना कर, कर सब कुछ तेरा, सब कुछ तेरा, ए बच्चे भी तेरे, ए घर बार भी तेरा, ए घर ग्रस्त भी तेरा, ए कारोबार भी तेरे ने, ए सेवावां भी तेरियां, ए कीर्तन भी तेरा, ए कथा भी तेरी, सब कुछ है ही तेरा। ओदे भंडारियां दा तू प्यारे आ भंडारी बन के रह, मुनीम बन के रह, ते जे ओदे भंडारियां दा मुनीम बन के रहेगा फिर तेनू चिंता करन दी कादी लोड़ है? तेनू चिंता करन दी कादी लोड़? जे ओ भंडारियां दे विच थोड़ा बहुता घाटा पाएगा ओ मालक जाने ना घाटे नू किवें पूरा करना है, तेनू कादी टेंशन है जी? तेनू कादी टेंशन? टेंशन ते ओनू लगेगी ना जिहड़ा मालक है। तू मालक ओनू बनाया ही कोई नहीं, मालक ते तू आप बनिया फिरदा, ता ही चिंतावां ने, ता ही टेंशनां ने। मालक ओनू समझ, जदों ओनू मालक समझेगा ना जिथे किथे थोड़ा बहुता घाटा भी होएगा ना अपने खातियां विचों पूरा कर देवेगा। आखो धन गुरु रामदास जी, धन गुरु रामदास, प्यार न लखो न जी धन बाबा दीप सिंह, फिर आखो धन बाबा दीप सिंह। जदों तू आप मालक बनेगा ना उदों फिर दुखी होएगा, आप मालक ना बन जेड़ा असलियत विच मालक,
ਉਹਦੀ ਪੋਤਦਾਰੀ ਕਰ, ਉਹਦੀ ਮਨੀਮੀ ਕਰ, ਉਹਦਾ ਕੰਟੈਂਟ ਬਣ ਕੇ ਰਹਿ, ਉਹਦਾ ਭੰਡਾਰੀ ਬਣ ਕੇ ਰਹਿ। ਫਿਰ ਉਹ ਭੰਡਾਰਿਆਂ ਨੂੰ ਕਿਵੇਂ ਪੂਰਾ ਕਰਨਾ ਉਹਦੀ ਜ਼ਿੰਮੇਵਾਰੀ ਲੱਗ ਜਾਏਗੀ। ਫਿਰ ਤੈਨੂੰ ਚਿੰਤਾਵਾਂ ਕਰਨ ਦੀ ਲੋੜ ਨਹੀਂ, ਤੈਨੂੰ ਟੈਨਸ਼ਨਾਂ ਰੱਖਣ ਦੀ ਲੋੜ ਨਹੀਂ, ਤੈਨੂੰ ਐਵੇਂ ਦਿਮਾਗ ਦੇ ਉੱਤੇ ਕਿਸੇ ਗੱਲ ਦਾ ਬੋਝ ਪਾਉਣ ਦੀ ਲੋੜ ਨਹੀਂ ਰਹੇਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਅੱਗੇ ਕਹਿੰਦੇ ਕਹਿੰਦੇ ਇਹ ਵੱਡ ਭਾਗ ਹੋਵੇ ਜਿਸ ਪ੍ਰਾਣੀ, ਜਿਸ ਬੰਦੇ ਦੇ ਵੱਡੇ ਭਾਗ ਹੁੰਦੇ ਨੇ ਨਾ, ਉਹ ਬੰਦਾ ਇਸ ਆਤਮਕ ਅਵਸਥਾ ਨੂੰ ਪ੍ਰਾਪਤ ਕਰਦਾ ਹੈ। ਸੋ ਪਾਏ ਇਹ ਪਦ ਨਿਰਵਾਣੇ, ਕਿਹੜੀ ਆਤਮਕ ਅਵਸਥਾ ਨੂੰ, ਜਿੱਥੇ ਕੋਈ ਵਾਸ਼ਨਾਵਾਂ ਵੀ ਭਟਕਾ ਨਹੀਂ ਸਕਦੀਆਂ, ਜਿੱਥੇ ਕੋਈ ਦੁੱਖ ਦੁਖੀ ਨਹੀਂ ਕਰ ਸਕਦਾ। ਇਹ ਅਵਸਥਾ ਨੂੰ, ਆਤਮਕ ਅਵਸਥਾ ਨੂੰ ਪ੍ਰਾਪਤ ਕਿਹਨੇ ਕੀਤਾ, ਜਿਹਦੇ ਵੱਡੇ ਭਾਗ। ਤੇ ਵੱਡੇ ਭਾਗ ਬਣਨੇ ਕਦੋਂ, ਜਦੋਂ ਅਸੀਂ ਮਹਾਂਪੁਰਖਾਂ ਦੀ ਸੰਗਤ ਕਰਨੀ। ਵੱਡੇ ਭਾਗ ਬਣਨੇ ਕਦੋਂ, ਜਦੋਂ ਆਹ ਵੱਡਭਾਗੀ ਸੰਗਤ ਵਿੱਚ ਆ ਕੇ ਬਵਾਂਗੇ। ਵੱਡੇ ਭਾਗ ਬਣਨਗੇ ਕਦੋਂ, ਜਦੋਂ ਅੰਮ੍ਰਿਤ ਵੇਲਾ ਸੰਭਾਲਾਂਗੇ। ਵੱਡੇ ਭਾਗ ਬਣਨਗੇ ਕਦੋਂ, ਜਦੋਂ ਨਿਤਨੇਮ ਕਰਾਂਗੇ। ਵੱਡੇ ਭਾਗ ਬਣਨਗੇ ਕਦੋਂ, ਜਦੋਂ ਬਾਣੀ ਪੜਾਂਗੇ। ਹੋਰ ਮੇਰਾ ਵਰਤਣਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਗੇ ਕੀ ਕਹਿ ਰਹੇ, ਪੜਿਓ ਜੀ ਪਿਆਰ ਨਾਲ। ਦੂਜੀ ਸੇਵਾ ਜੀਵਨ ਬਿਰਥਾ, ਕਛੂ ਨ ਹੋਈ ਹੈ ਪੂਰਨ ਅਰਥਾ। ਕਹਿੰਦੇ ਪਰਮੇਸ਼ਰ ਦੀ ਸੇਵਾ ਨੂੰ ਛੱਡ ਕੇ ਤੂੰ ਦੂਜਿਆਂ ਦੀ ਸੇਵਾ ਕਰਨਾ, ਬੰਦਿਆਂ ਦੀ ਸੇਵਾ, ਉਹਦੀ ਖਿਦਮਤ ਕਰਨਾ, ਉਹਦੀ ਖਿਦਮਤ ਕਰਨਾ, ਉਹਦੀ ਸੇਵਾ, ਉਹਨੂੰ ਖੁਸ਼ ਕਰਨਾ। ਕਹਿੰਦੇ ਇਹਦੇ ਨਾਲ ਹੋਏਗਾ ਪਤਾ ਕੀ, ਇਹਦੇ ਨਾਲ ਤੇਰੀ ਜ਼ਿੰਦਗੀ ਵਿਰਥ ਚਲੀ ਜਾਏਗੀ। ਹੁਣ ਤੁਸੀਂ ਸਿਆਣੇ ਹੋ, ਜਿਹਦਾ ਮਾਲਕ ਆਪ ਨੰਗਾ ਭੁੱਖਾ ਹੈ, ਉਹਦਾ ਜਿਹੜਾ ਚੇਲਾ, ਉਹ ਕਿੱਥੋਂ ਰੱਜ ਕੇ ਖਾ ਸਕਦਾ, ਕਿੱਥੋਂ ਖਾਏਗਾ। ਜਿਹਦਾ ਮਾਲਕ ਆਪ ਇੱਕ ਵੇਲੇ ਖਾਂਦਾ, ਦੂਜੇ ਵੇਲੇ ਦੀ ਚਿੰਤਾ ਹੁੰਦੀ, ਉਹਦਾ ਸੇਵਾਦਾਰ ਕਿੱਥੋਂ ਖਾਏਗਾ। ਉਹਦੇ ਨਾਲ ਆਪਣੀ ਯਾਰੀ ਲਾ, ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ, ਉਹਦੇ ਨਾਲ ਆਪਣਾ ਕਨੈਕਸ਼ਨ ਜੋੜ, ਜਿਹੜਾ ਸਾਰਿਆਂ ਦੇ ਭੰਡਾਰਿਆਂ ਨੂੰ ਭਰਨ ਵਾਲਾ ਹੈ। ਐਵੇਂ ਬੰਦਿਆਂ ਦੀ ਸੇਵਾ ਚ ਨਾ, ਪਰਮੇਸ਼ਰ ਦੀ ਸੇਵਾ ਨੂੰ ਛੱਡ ਕੇ ਕਿਸੇ ਹੋਰ ਦੀ ਖਿਦਮਤ ਚ ਨਾ ਲੱਗ, ਤੇਰੀ ਜ਼ਿੰਦਗੀ ਵਿਰਥ ਚਲੀ ਜਾਣੀ, ਤੇਰੀ ਕੋਈ ਲੋੜ ਵੀ ਪੂਰੀ ਨਹੀਂ ਹੋਣੀ। ਹੈ ਜੀ, ਦੂਜੀ ਸੇਵਾ ਜੀਵਨ ਵਿਰਥਾ, ਕਛੂ ਨਾ ਹੋਈ ਹੈ ਪੂਰਨ ਅਰਥਾ। ਅੱਗੇ ਕਹਿੰਦੇ ਮਾਨਸ ਸੇਵਾ ਖਰੀ ਦੁਖੇਲੀ। ਬੰਦਿਆਂ ਦੀ ਸੇਵਾ ਤੇ ਦੁਖਦਾਈ ਹੈ, ਦੁਖਦਾਈ ਅੱਤ ਦੀ ਦੁਖਦਾਈ ਹੈ। ਕਹਿੰਦੇ ਸੌਧ ਕੀ ਸੇਵਾ ਸਦਾ ਸੁਹੇਲੀ, ਤੇ ਮਹਾਂਪੁਰਖਾਂ ਦੀ ਸੇਵਾ, ਕਮਾਈ ਵਾਲਿਆਂ ਦੀ ਸੇਵਾ, ਬਾਬਾ ਦੀਪ ਸਿੰਘ ਵਰਗਿਆਂ ਦੀ ਸੇਵਾ, ਬਾਬਾ ਆਨੰਦ ਸਿੰਘ ਵਰਗਿਆਂ ਦੀ ਸੇਵਾ, ਕਮਾਈ ਵਾਲੇ ਸਾਧੂ ਮਹਾਤਮਾ ਦੀ ਸੇਵਾ, ਕਹਿੰਦੇ ਇਹ ਸਦਾ ਸੁੱਖ ਦੇਣ ਵਾਲੀ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਤਾਂ ਹੀ ਫਿਰ ਸਾਹਿਬ ਕਹਿੰਦੇ ਮਹਾਂਪੁਰਖਾਂ ਦੀ ਸੇਵਾ ਕਰ, ਜੇ ਸੁੱਖ ਚਾਹੀਦੇ ਹੀ ਨਾ, ਸਾਧ ਕੀ ਸੇਵਾ ਸਦਾ ਸੁਖੇਲੀ, ਜੇ ਸੁੱਖ ਚਾਹੀਦੇ, ਜੇ ਲੋੜੇ ਸਦਾ ਸੁੱਖ ਭਾਈ, ਸਾਧੂ ਸੰਗਤ ਗੁਰੇ ਬਤਾਈ। ਤੇ ਫਿਰ ਮਹਾਂਪੁਰਖਾਂ ਦੀ ਸੰਗਤ ਕਰ, ਉੱਥੇ ਕੇਵਲ ਨਾਮ ਦਾ ਵਪਾਰ, ਕੇਵਲ ਨਾਮ ਦਾ ਵਪਾਰ, ਕੇਵਲ ਬੰਦਗੀ ਦਾ ਵਪਾਰ। ਤੇ ਇਹਦੇ ਨਾਲ ਹੁੰਦਾ ਕੀ ਹੈ, ਜਿਉਂ ਜਿਉਂ ਤੂੰ ਮਹਾਂਪੁਰਖਾਂ ਦੀ ਸੰਗਤ ਕਰਕੇ ਨਾਮ ਜਪਦਾ, ਉਹਾਂ ਜਪੀਏ ਕੇਵਲ ਨਾਮ, ਸਾਧੂ ਸੰਗਤ ਪਾਰ ਗਰਾਮ। ਮਹਾਂਪੁਰਖਾਂ ਦੀ ਸੰਗਤ ਫਿਰ ਸੰਸਾਰ ਸਮੁੰਦਰ ਤੋਂ ਤੈਨੂੰ ਪਾਰ ਲੰਘਾ ਦਿੰਦੀ ਹੈ। ਪਾਰ, ਤੇ ਪਾਰ ਲੰਘਣ ਵਾਸਤੇ ਬੇੜੇ 'ਚ ਤੇ ਬਹਿਣਾ ਪਏਗਾ ਕਿ ਨਹੀਂ।
ਹੁਣ ਮੰਨ ਲਓ ਕਿਤੇ ਗਏ ਤੁਸੀਂ ਘੁੰਮਣ ਵਾਸਤੇ, ਸੁਣਿਓ ਧਿਆਨ ਨਾਲ, ਕਿਸੇ ਸਮੁੰਦਰ ਦੇ ਕੰਢੇ ਤੇ ਤੁਸੀਂ ਪਹੁੰਚ ਗਏ, ਕਿਸੇ ਬੀਚ ਤੇ ਪਹੁੰਚ ਗਏ, ਸਮੁੰਦਰ ਕਿਨਾਰੇ ਪਹੁੰਚ ਗਏ, ਉੱਥੇ ਲੱਗੇ ਨੇ 10 ਬੇੜੇ, ਉਹ ਵਾਜਾਂ ਮਾਰਦੇ ਨੇ, ਆਓ ਜਿਹਨੇ ਸਮੁੰਦਰ ਦੀ ਸੈਰ ਕਰਨੀ ਹੈ ਬੇੜੇ 'ਚ ਬਹਿ ਜਾਓ, ਬੇੜੇ 'ਚ ਬਹਿ ਜਾਓ। ਤੇ ਜਦੋਂ ਉਹਦੀ ਆਵਾਜ਼ ਨੂੰ ਤੁਸੀਂ ਸੁਣ ਕੇ ਇਗਨੋਰ ਕਰ ਦਿਓਗੇ, ਚੱਲ ਛੱਡ ਯਾਰ, ਸ਼ਾਮੀ ਵੱਜਣ ਲੱਗੇ, ਪੰਜੋ ਵਾਜਾਂ ਮਾਰਦਾ ਰਹਿ ਗਿਆ, ਬਈ ਹੁਣ ਸਮਾਂ ਖਤਮ ਹੋਣ ਵਾਲਾ, ਜਲਦੀ ਨਾਲ ਬੇੜੇ 'ਚ ਬਹਿ ਜਾਓ, ਜੇ ਚੱਕਰ ਲਾਉਣਾ, ਜੇ ਪਾਰ ਲੰਘਣਾ, ਦੂਜੇ ਪਾਸੇ ਜਾਣਾ, ਬੇੜੇ 'ਚ ਬੈਠੋ। ਤੁਸੀਂ ਆਵਾਜ਼ ਸੁਣ ਕੇ ਇਗਨੋਰ ਕਰਤੀ, ਖੋਇਆ ਕੀ, ਫਿਰ ਸਮਾਂ ਲੰਘ ਗਿਆ, ਬੇੜੇ 'ਚ ਬਹਿ ਨਹੀਂ ਪਾਓਗੇ। ਤੇ ਜੇ ਬੇੜੇ 'ਚ ਬਹਿ ਗਏ ਸਮੇਂ ਸਿਰ, ਫਿਰ ਬਾਹਰ ਕਈ ਵਾਰੀ ਸ਼ਰਤਾਂ ਲਿਖੀਆਂ ਹੁੰਦੀਆਂ ਨੇ, ਜੇ ਬੇੜੇ 'ਚ ਬੈਠੇ ਹੋ ਨਾ, ਇਹ ਲਾਈਫ ਜੈਕਟ ਪਾ ਕੇ ਬਹਿਣੀ ਹੈ, ਸ਼ਰਤਾਂ ਲਿਖੀਆਂ ਨੇ, ਸ਼ਰਤਾਂ ਮੰਨ ਕੇ ਜਦੋਂ ਬੇੜੇ 'ਚ ਬੈਠੋਗੇ, ਫਿਰ ਪਾਰ ਲੰਘ ਹੀ ਜਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਜਿਹੜੇ ਦੁਨਿਆਵੀ ਬੇੜੇ ਨੇ ਉਹਨਾਂ ਦੀ ਗਰੰਟੀ ਕੋਈ ਨਹੀਂ, ਗਰੰਟੀ ਕੋਈ ਨਹੀਂ, ਪਾਰ ਲੰਘੇ ਕਿ ਨਾ ਲੰਘੇ, ਵਿੱਚੇ ਡੁੱਬਣਾ ਕਿ ਤਰਨਾ ਕੋਈ ਪਤਾ ਨਹੀਂ। ਪਰ ਆਹ ਜਿਹੜਾ ਗੁਰੂ ਦਾ ਬੇੜਾ ਹੈ ਨਾ, ਨਾਮ ਦਾ ਬੇੜਾ, ਇਹਦੇ ਵਿੱਚ ਤੂੰ ਮਹਾਂਪੁਰਖਾਂ ਦੇ ਕਹੇ ਅਨੁਸਾਰ ਉਹ ਸ਼ਰਤਾਂ ਮੰਨ ਕੇ ਬਹਿ ਜਾ, ਜਦੋਂ ਤੂੰ ਬੈਠੇਗਾ ਉਹ ਤੇਰਾ ਹੀ ਭਲਾ ਨਹੀਂ ਹੋਏਗਾ, ਤੂੰ ਹੀ ਸੰਸਾਰ ਸਾਗਰ ਤੋਂ ਪਾਰ ਨਹੀਂ ਜਾਏਗਾ, ਤੇਰੀਆਂ ਕੁੱਲਾਂ ਦਾ ਵੀ ਉਧਾਰ ਹੋ ਜਾਏਗਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਤੇ ਅੱਗੇ ਸਾਹਿਬ ਕਹਿੰਦੇ ਸਗਲ ਤੱਤ ਮੈਂ ਤੱਤ ਗਿਆਨ, ਪਰਮੇਸ਼ਰ ਨਾਲ ਜਾਣ ਪਛਾਣ ਬਣਾਉਣੀ ਸਭ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਹੈ। ਉਹਦੇ ਨਾਲ ਵਾਕ ਵੀ ਬਣ ਗਈ, ਉਹਦੇ ਨਾਲ ਲਿੰਕ ਬਣ ਗਿਆ ਸਾਡਾ। ਕਿਸੇ ਵੱਡੇ ਬੰਦੇ ਨਾਲ ਲਿੰਕ ਹੋਵੇ ਨਾ, ਛੋਟੀ ਮੋਟੀ ਗਲਤੀ ਨੂੰ ਅਸੀਂ ਪਰਵਾਹ ਹੀ ਨਹੀਂ ਕਰਦੇ ਉਹਦੀ, ਕੋਈ ਨਹੀਂ, ਰੈੱਡ ਲਾਈਟ ਪਾਰ ਕੀਤੀ, ਜੇ ਕਿਤੇ ਪੁਲਿਸ ਵਾਲਾ ਖਿਲਾਰ ਵੀ ਲਵੇ, ਫੱਟ ਫੋਨ ਫੜਾ ਦਿੰਦੇ, ਫਲਾਣੇ ਬੰਦੇ ਨਾਲ ਗੱਲ ਕਰੋ ਜੀ। ਸਾਡਾ ਇੱਕ ਕਿਸੇ ਵੱਡੇ ਬੰਦੇ ਨਾਲ ਦੁਨਿਆਵੀ ਮਹਿਕਮੇ 'ਚ ਲਿੰਕ ਜੁੜ ਗਿਆ, ਨਿੱਕੀਆਂ ਮੋਟੀਆਂ ਗਲਤੀਆਂ ਦੀ ਪਰਵਾਹ ਨਹੀਂ ਆਪਾਂ ਕਰਦੇ। ਅਤੇ ਜਦੋਂ ਵੱਡੇ ਨਾਲ ਲਿੰਕ ਜੁੜ ਜਾਏਗਾ, ਇਹਦਾ ਮਤਲਬ ਇਹ ਨਹੀਂ ਕਿ ਗਲਤੀਆਂ ਦੀ ਪਰਵਾਹ ਨਹੀਂ ਕਰਨੀ, ਜਦੋਂ ਵੱਡੇ ਨਾਲ ਲਿੰਕ ਜੁੜ ਜਾਏਗਾ ਨਾ, ਜਿਹੜੇ ਪਹਿਲੇ ਕੀਤੇ ਹੋਏ ਗੁਨਾਹ ਨੇ ਨਾ, ਉਹਨਾਂ ਗੁਨਾਹਾਂ ਨੂੰ ਉਹ ਮਾਫ ਕਰੇਗਾ, ਅਤੇ ਅੱਗੇ ਤੋਂ ਗੁਨਾਹ ਕਰਨ ਤੋਂ ਤੇਰੀ ਬੁੱਧੀ ਨੂੰ ਸੁਚੇਤ ਕਰ ਦੇਗਾ, ਸੁਚੇਤ ਕਿ ਬਚ ਕੇ ਰਹੀਂ, ਬਚ ਕੇ ਰਹੀਂ, ਸਮਤ ਦੇ ਦੇਵੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਕਹਿੰਦੇ ਸਗਲ ਤੱਤ ਮੈਂ ਤੱਤ ਗਿਆਨ, ਸਰਬ ਧਿਆਨ ਮੈਂ ਏਕ ਧਿਆਨ। ਕਹਿੰਦੇ ਪਰਮੇਸ਼ਰ ਦੇ ਚਰਨਾਂ ਨਾਲ ਸੁਰਤੀ ਟਿਕਾਉਣੀ, ਧਿਆਨ ਟਿਕਾਉਣਾ ਸਭ ਤੋਂ ਇਹ ਉੱਤਮ ਕੰਮ ਹੈ, ਇਹ ਸਭ ਤੋਂ ਉੱਚਾ ਧਿਆਨ ਹੈ। ਤੁਸੀਂ ਬਹਿ ਕੇ ਚੌਂਕੜਾ ਮਾਰ ਕੇ ਗੁਰੂ ਰਾਮਦਾਸ ਦੇ ਚਰਨਾਂ ਦਾ ਧਰ ਲਓ ਧਿਆਨ। ਤੇ ਧਿਆਨ ਧਰਨ ਦਾ ਸੌਖਾ ਤਰੀਕਾ ਮੈਂ ਦੱਸਦਾ ਹੁੰਦਾ, ਜਿਹੜੇ ਸਾਹ ਚੱਲਦੇ ਨੇ ਨਾ, ਸਾਵਾਂ ਨੂੰ ਮਹਿਸੂਸ ਕਰਿਆ ਕਰੋ, ਸਾਵਾਂ ਨੂੰ ਮਹਿਸੂਸ। ਅਸੀਂ ਸਾਵਾਂ ਨੂੰ ਮਹਿਸੂਸ ਨਹੀਂ ਕਰਦੇ, ਇਹ ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰੋ। ਇੱਕ ਮਿੰਟ ਮਾਰੋ ਚੌਂਕੜਾ ਸਾਰੇ, ਮੇਰੀ ਬੇਨਤੀ ਹੈ, ਜਿਨ੍ਹਾਂ ਨੂੰ ਮਹਾਰਾਜ ਨੇ ਬਲ ਦਿੱਤਾ ਚੌਂਕੜੇ ਮਾਰ ਲਓ, ਜਿਹੜੇ ਨਹੀਂ ਮਾਰ ਸਕਦੇ ਅਰਦਾਸ ਕਰੋ, ਮਹਾਰਾਜ ਚੌਂਕੜੇ ਮਾਰਨ ਜੋਗਾ ਬਣਾ ਦੇ। ਚੌਂਕੜੇ ਮਾਰੋ, ਨੇਤਰ ਕਰੋ ਬੰਦ, ਸਵਾਸਾਂ ਦੀ ਪ੍ਰਕਿਰਿਆ ਨੂੰ ਕਰੋ ਮਹਿਸੂਸ, ਸਾਹ ਜਿਹੜੇ ਚੱਲ ਰਹੇ ਉਹਨਾਂ ਨੂੰ ਮਹਿਸੂਸ ਕਰੋ। ਧਿਆਨ ਲੈ ਜਾਓ ਹੁਣ ਗੁਰੂ ਰਾਮਦਾਸ ਜਾਂ ਬਾਬਾ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਜਿੱਥੇ ਤੁਹਾਡਾ ਧਿਆਨ ਟਿਕਦਾ, ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰਕੇ ਲਓ ਹਾਜ਼ਰੀ। ਵਾਹਿਗੁਰੂ, 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 ਵਾਹਿਗੁਰੂ।
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਸਾਰੇ ਬੋਲੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਧੰਨ ਗੁਰੂ ਰਾਮਦਾਸ ਜੀ ਇਹਦੇ ਨਾਲ ਮਨ ਵੀ ਬੜੀ ਜਲਦੀ ਟਿਕ ਜਾਂਦਾ ਔਰ ਥੋੜੇ ਕੀਤੇ ਦਾ ਮਹਾਤਮ ਵੱਧ ਝੋਲੀ ਚ ਪੈਂਦਾ ਹੈ ਕਹਿੰਦੇ ਸਰਬ ਧਰਮ ਮੈਂ ਏਕ ਧਿਆਨ ਹੈ ਅਗਲਾ ਬਚਨ ਕੀਤਾ ਕਹਿੰਦੇ ਹਰ ਕੀਰਤਨ ਮੈਂ ਉੱਤਮ ਧੁਨਾ ਆਖੋ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮ ਹੁਣ ਤੁਸੀਂ ਕੀਰਤਨ ਚ ਬੈਠੇ ਹੋ ਉਹਦੀ ਸਿਫਸਲਾ ਕਰ ਰਹੇ ਹੋ ਸਿਫਸਲਾ ਕੀਰਤਨ ਦੇ ਵਿੱਚ ਮਨ ਜੋੜ ਲਿਆ ਉਹਦੀ ਸਿਫਸਲਾ ਕਰਨੀ ਸ਼ੁਰੂ ਕਰਤੀ ਕਹਿੰਦੇ ਸਭ ਤੋਂ ਸ੍ਰੇਸ਼ਟ ਕੰਮ ਹੀ ਇਹ ਹੈ ਮੈਂ ਕਈ ਵਾਰੀ ਹੈਰਾਨ ਹੁੰਦਾ ਹੈਰਾਨ ਮਾਲਕ ਉਹ ਆਪ ਕਿੰਨਾ ਵੱਡਾ ਹੋਏਗਾ ਜਿਹੜਾ ਆਪਣੀ ਸਿਫਤ ਸਲਾਹ ਕਰਨ ਵਾਲੇ ਨੂੰ ਪਾਤਸ਼ਾਹੀ ਪਾਤਸ਼ਾਹ ਬਣਾ ਦਿੰਦਾ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਆਪ ਕਿੱਡਾ ਵੱਡਾ ਹੋਏਗਾ ਜਿਹੜਾ ਕੋਈ ਉਹਦਾ ਨਾਮ ਜਪਦਾ ਕੀਰਤਨ ਕਰਦਾ ਕੀਰਤੀ ਉਹਦੀ ਕਰਦਾ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਦਾ ਆਪਣੀ ਜਿਹੜੀ ਸੁਰਤ ਉਹਦੀ ਸਿਫਤ ਸਲਾਹ ਨਾਲ ਜੋੜਦਾ ਮਾਲਕ ਫਿਰ ਉਹਨੂੰ ਖਜ਼ਾਨੇ ਦੀਆਂ ਚਾਬੀਆਂ ਦੇ ਦਿੰਦਾ ਪਾਤਸ਼ਾਹੀ ਪਾਤਸ਼ਾਹ ਬਣਾ ਦਿੰਦਾ ਦੱਸੋ ਬਾਬਾ ਦੀਪ ਸਿੰਘ ਨੂੰ ਬਣਾਇਆ ਨੀ ਬਣਾਤਾ ਨਾ ਗੁਰੂ ਰਾਮਦਾਸ ਨੇ ਬਾਬਾ ਦੀਪ ਸਿੰਘ ਨੇ ਬਣਾਤਾ ਪਾਤਸ਼ਾਹੀ ਪਾਤਸ਼ਾਹ ਬਣਾਤਾ ਬਾਬਾ ਦੀਪ ਸਿੰਘ ਜੀ ਤੁਹਾਡੇ ਚ ਇੰਨੀ ਪਾਵਰ ਮੈਂ ਦੇ ਦਿੱਤੀ ਹੁਣ ਇੰਨੀ ਪਾਵਰ ਦੇ ਦਿੱਤੀ ਹੈ ਡਾਕਟਰਾਂ ਵੱਲੋਂ ਜਿਨ੍ਹਾਂ ਨੂੰ ਜਵਾਬ ਵੀ ਮਿਲੇ ਹੋਣਗੇ ਨਾ ਬਚ ਨਹੀਂ ਸਕਦੇ ਤੁਸੀਂ ਨਜ਼ਰ ਪਾ ਦਿਓ ਬਸ ਤੁਸੀਂ ਨਜ਼ਰ ਪਾ ਦਿਓ ਆਪਣੀ ਆਖੋ ਤੁਹਾਨੂੰ ਬਾਬਾ ਦੀਪ ਸਿੰਘ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਵੀ ਦਿੱਤੇ ਹੋਣਗੇ ਨਾ ਇਹਨਾਂ ਨੇ ਮਰ ਜਾਣਾ ਉਹ ਖੰਡੇ ਵਾਲਿਆ ਤੇਰੇ ਵਿੱਚ ਮੈਂ ਇੰਨੀ ਪਾਵਰ ਭਰ ਰਿਹਾ ਗੁਰੂ ਰਾਮਦਾਸ ਕਹਿੰਦੇ ਇੰਨੀ ਪਾਵਰ ਭਰ ਰਿਹਾ ਜਿਹੜੇ ਮਰ ਰਹੇ ਹੋਣਗੇ ਉਹਨਾਂ ਵੱਲ ਵੀ ਤੁਸੀਂ ਆਪਣੀ ਪਿਆਰ ਭਰੀ ਦ੍ਰਿਸ਼ਟੀ ਪਾ ਦਿਓਗੇ ਨਾ ਉਹ ਦੂਜਿਆਂ ਨੂੰ ਤਾਰਨ ਵਾਲੇ ਬਣ ਜਾਣਗੇ ਜਿਹਦੇ ਬੰਧਨ ਤੁਸੀਂ ਕੱਟੋਗੇ ਉਹਦੇ ਬੰਧਨ ਮੈਂ ਕੱਟੇ ਇੰਨਾ ਪਾਤਸ਼ਾਹੀ ਪਾਤਸ਼ਾਹ ਬਣਾਤਾ ਉਹ ਦੀਪ ਸਿੰਘ ਜਿਹਦੇ ਵੱਲੋਂ ਤੂੰ ਨਿਗਾਹ ਫੇਰ ਲਏਗਾ ਨਾ ਦੁਨੀਆਂ ਦੀ ਕੋਈ ਤਾਕਤ ਨੀ ਮੇਰੀ ਵੀ ਨਿਗਾਹ ਕੋਈ ਉੱਥੇ ਪਵਾ ਜਾਵੇ ਆਖੋ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਹਰ ਕੀਰਤਨ ਮੈਂ ਉੱਤਮ ਧੁਨਾ ਜਦੋਂ ਆ ਕੀਰਤਨ ਦੀ ਧੁਨ ਵਿੱਚ ਜੁੜਦੇ ਹੋ ਉਹਦੀ ਸਿਫਤ ਸਲਾਹ ਦੀ ਧੁਨ ਵਿੱਚ ਆਪਣੀ ਸੁਰਤ ਜੋੜਦੇ ਹੋ ਫਿਰ ਉਹ ਕਿਹੋ ਜਿਹੀਆਂ ਬਖਸ਼ਿਸ਼ਾਂ ਦਿੰਦਾ ਪਾਤਸ਼ਾਹੀ ਪਾਤਸ਼ਾਹ ਬਣਾ ਦਿੰਦਾ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਗੁਰੂ ਕਹਿੰਦੇ ਹਰ ਕੀਰਤਨ ਮੈਂ ਉੱਤਮ ਧੁਨਾ ਨਾਨਕ ਗੁਰਮਿਲ ਗਾਏ ਗੁਨਾ ਕਹਿੰਦੇ ਫਿਰ ਕਿਰਪਾ ਕਰੋ ਪਾਤਸ਼ਾਹ ਜੀ ਇਹ ਤੁਹਾਡੇ ਮੈਂ ਗੁਣ ਗਾਉਂਦਾ ਹੀ ਰਵਾਂ ਗੁਰੂ ਰਾਮਦਾਸ ਮੈਂ ਤੁਹਾਡੇ ਗੁਣ ਗਾਉਂਦਾ ਹੀ ਰਵਾਂ ਇਹ ਮੇਰੇ ਤੇ ਕਿਰਪਾ ਕਰ ਦਿਓ ਪਰ ਇਹ ਸਾਰੀਆਂ ਗੱਲਾਂ ਮੈਨੂੰ ਦੱਸੀਆਂ ਕਿੰਨੇ ਇੱਕ ਮਹਾਂਪੁਰਖ ਨੇ ਦੱਸੀਆਂ ਇੱਕ ਕਮਾਈ ਵਾਲੇ ਨੇ ਦੱਸੀਆਂ ਰੰਗੇ ਹੋਏ ਗੁਰਸਿੱਖ ਨੇ ਦੱਸੀਆਂ ਜਦੋਂ ਦੀ ਮੈਂ ਸੰਗਤ ਕਰਨੀ ਸ਼ੁਰੂ ਕਰਤੀ ਉਹ ਸੰਗਤ ਨੇ ਮੇਰੇ ਇੰਨੇ ਭਾਵ ਜਗਾਤੇ ਸੁੱਤੇ ਹੋਏ ਇੰਨੇ ਭਾਵ ਜਗਾਤੇ ਕਿ ਜਿਹੜਾ ਵੀ ਮੇਰੀ ਵਾਈਬ੍ਰੇਸ਼ਨ ਦੇ ਵਿੱਚ ਆ ਗਿਆ ਉਸ ਵਾਈਬ੍ਰੇਸ਼ਨ ਦੇ ਵਿੱਚ ਆਉਣ ਦਾ ਸਦਕਾ ਗੁਰੂ ਰਾਮਦਾਸ ਨੇ ਉਹਨਾਂ ਦੇ ਵੀ ਸੁੱਤੇ ਭਾਗ ਜਗਾਤੇ ਆਹ ਤਾਕਤ ਮਹਾਂਪੁਰਖਾਂ ਦੀ ਸੰਗਤ ਦੇ ਵਿੱਚ
ਆਓ ਇੱਕ ਵਾਰੀ ਪੜ੍ਹਿਓ, ਕੋਈ ਰਸਨਾ ਮੰਜੀ ਨਾ ਰਹੇ, ਸਾਰੇ ਬੜੇ ਪਿਆਰ ਚ ਮੇਰੇ ਨਾਲ ਨਾਲ ਕਿਰਪਾ ਕਰਿਓ ਜੀ। ਜੇ ਲੋੜੇ ਸਦਾ ਸੁਖ ਪਾਈ, ਜੇ ਲੋੜੇ ਸਦਾ ਸੁਖ ਪਾਈ, ਬੋਲ ਜੀ ਲੋੜੇ ਸਦਾ ਸੁਖ ਪਾਈ, ਫਿਰ ਬੋਲੋ ਜੇ ਲੋੜੇ ਸਦਾ ਸੁਖ ਪਾਈ, ਕਿਸੇ ਗੱਲ ਦਾ ਡਰ ਭਾਉ ਨਹੀਂ ਰਹਿਣਾ, ਜਾਂ ਤੂੰ ਮੇਰੇ ਵੱਲ ਹੈ ਤਾਂ ਤਦ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੇ, ਖਾਏ ਖਰਚ ਰਹਿੰਦਾ ਲੱਖ ਚੌਰਾਸੀ ਮੇਦਨੀ, ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ, ਨੈ ਮੰਗੇ ਮੰਦਾ ਲੇਖਾ ਕੋਏ ਨਾ ਪੁੱਛਈ, ਜਾਂ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੇ ਹੈ ਜਾਂ ਤੁਧ ਭਾਵੰਤ। ਜੇ ਕਿਤੇ ਉਹਨਾਂ ਨੇ ਬਾਂਹ ਫੜ ਲਈ ਨਾ, ਕਿਸੇ ਦਾ ਡਰ ਨਹੀਂ ਰਹਿਣਾ, ਬੰਦਿਆਂ ਦਾ ਡਰ ਇਹ ਤੈਨੂੰ ਲਤਾੜ ਨਾ ਦੇਣ ਕਿਤੇ, ਬੰਦਿਆਂ ਦਾ ਡਰ ਹੀ ਨਹੀਂ ਜਮਾਂ ਦਾ ਡਰ ਭਾਉ ਵੀ ਅੰਦਰੋਂ ਮੁੱਕ ਜਾਣਾ, ਮੌਤ ਦਾ ਡਰ ਭਾਉ ਵੀ ਅੰਦਰੋਂ ਮੁੱਕ ਜਾਣਾ ਜੇ ਕਿਤੇ ਉਹਨੇ ਬਾਂਹ ਫੜ ਲਈ। ਆਓ ਅਖੀਰ ਤੇ ਕਰਿਓ ਕਿਰਪਾ ਪਿਆਰ ਦੇ ਨਾਲ, ਕੋਈ ਰਸਨਾ ਮੰਜੀ ਨਾ ਲੈ, ਸਾਰੀ ਸੰਗਤ ਬੋਲਿਓ ਜਿਨ੍ਹਾਂ ਦੀ ਬਾਂਹ ਉਹਨਾਂ ਨੇ ਫੜੀ, ਤੇ ਫਿਰ ਉਹਨਾਂ ਨੂੰ ਕਿਸੇ ਗੱਲ ਦਾ ਡਰ ਨਾ ਰਿਹਾ। ਬਾਬਾ ਦੀਪ ਸਿੰਘ ਫੜ ਲਈ ਬਾਂਹ, ਹੁਣ ਡਰ ਕਾਹਦਾ, ਹੁਣ ਡਰ ਕਾਹਦਾ, ਬਾਬਾ ਦੀਪ ਸਿੰਘ ਫੜ ਲਈ ਬਾਂਹ, ਹੁਣ ਡਰ ਡਰ ਕਾਦਾ।
ਡਰ ਕਾਦਾ ਹੁਣ ਡਰ ਕਾਦਾ
ਮੇਰਾ ਤੂੰ ਹੀ ਮੇਰੀ ਮਾਂ ਹੁਣ ਡਰ ਸਰਵਣ ਕਰਕੇ ਪੂਰੀਆਂ ਖੁਸ਼ੀਆਂ ਲੈਣੀਆਂ। ਕੋਟਾਨ ਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਰਾਮਦਾਸ ਜੀ ਦਾ, ਗੁਰੂ ਗ੍ਰੰਥ ਸਾਹਿਬ ਦਾ, ਬਾਬਾ ਦੀਪ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਸਮੂਹ ਮਹਾਂਪੁਰਖਾਂ ਦਾ, ਰੱਬ ਰੂਪ ਸੰਗਤਾਂ ਦਾ, ਜਿਨ੍ਹਾਂ ਨੇ ਬਹਿ ਕੇ ਸਾਰੀਆਂ ਸੀਸਾਂ ਦਿੱਤੀਆਂ। ਸੇਵਾਵਾਂ ਦੇ ਕੁੰਭ ਦੇ ਬਾਰੇ ਸਭ ਨੂੰ ਪਤਾ ਹੈ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਦਾਤਾ ਬੰਦੀ ਛੋੜ ਪਬਲਿਕ ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਵੀ, ਦੁਨਿਆਵੀ ਪੜ੍ਹਾਈ ਵੀ, ਬਿਲਕੁਲ ਲਾਗਤ ਮੁੱਲ ਦੇ ਨਾਲ। ਮੈਂ ਬਾਬਾ ਜੀ ਦੀ ਹਜ਼ੂਰੀ 'ਚ ਬੈਠਾ ਕਹਿ ਰਿਹਾ, 8-9 ਲੱਖ ਸਕੂਲ ਦੇ ਵਿੱਚ ਮਹੀਨੇ ਦਾ ਪੈਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਹਸਪਤਾਲ ਚੱਲ ਰਹੇ ਆ, ਇੱਕੋ ਛੱਤ ਥੱਲੇ ਸਾਰੇ ਇਲਾਜ ਹੁੰਦੇ ਨੇ ਲਾਗਤ ਮੁੱਲ ਨਾਲ। ਅੱਖਾਂ ਦੇ ਇਲਾਜ, ਦੰਦਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ, ਹੋਰ ਵੀ ਬੜੇ ਚੰਗੇ ਚੰਗੇ ਡਾਕਟਰ ਇੱਥੇ ਬੈਠਦੇ ਨੇ। ਇਹ ਸਾਰੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਜੋ ਤੁਸੀਂ ਦਿੰਦੇ ਹੋ। ਇਸ ਤੋਂ ਇਲਾਵਾ
ਬਾਬਾ ਨਾਨਕ ਜੀ ਦੀ ਰਸੋਈ 2500 ਤੋਂ ਵੱਧ ਪ੍ਰੇਮੀ ਲੰਗਰ ਛਕਦੇ, ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਗੱਡੀ ਬਣਾਈ ਜਿਹਦੇ ਰਾਹੀਂ ਵੱਖ ਵੱਖ ਥਾਵਾਂ 'ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ। ਬਾਬਾ ਦੀਪ ਸਿੰਘ ਜੀ ਫਰੀ ਟਿਫਨ ਸੇਵਾ, ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਇੱਦਾਂ ਨਹੀਂ ਕਰਨਾ, ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰਨਾ ਜਿਹੜੇ ਸੁਣ ਰਹੇ ਹੋ ਤੁਸੀਂ। ਪਰ ਜਿਨ੍ਹਾਂ ਨੇ ਅਣਜਾਣ ਪੁਣੇ 'ਚ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਉਹਨਾਂ ਦੇ ਲਈ ਦੋ ਵੇਲੇ ਦਾ ਟਿਫਨ ਵਿੱਚ ਲੰਗਰ ਪੈਕ ਕਰਕੇ ਘਰਾਂ 'ਚ ਪਹੁੰਚਾਇਆ ਜਾਂਦਾ, ਉਹ ਵੀ ਸੇਵਾ। ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ। ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ, ਬੱਚਿਆਂ ਦਾ 3 ਸਾਲਾਂ ਦਾ ਕੋਰਸ ਹੈ, ਗੁਰਬਾਣੀ ਦੀ ਸੰਥਿਆ, ਕੀਰਤਨ ਸਿਖਲਾਈ, ਤਬਲੇ ਦੀ ਸਿਖਲਾਈ, ਅੰਮ੍ਰਿਤ ਵੇਲਾ, ਸੰਧਿਆ ਦਾ ਸਮਾਂ ਕਿਵੇਂ ਸੰਭਾਲਣਾ, ਇਹ ਅਕੈਡਮੀ ਵੀ ਚੱਲ ਰਹੀ। ਇਸ ਤੋਂ ਇਲਾਵਾ ਨਾਲ ਦੇ ਪਾਸੇ ਆਪਣੀਆਂ ਅੱਖਾਂ ਨਾਲ ਵੇਖ ਕੇ ਜਾਓ, ਜਿਹੜੇ ਪਹਿਲੀ ਵਾਰੀ ਆਏ ਹੋ, ਜੀ ਦਿਆ ਪ੍ਰਮਾਣ ਪਾਰਕ, ਉਹਦੀ ਉਸਾਰੀ ਚੱਲ ਰਹੀ। ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ। ਇਸ ਤੋਂ ਇਲਾਵਾ ਜੋ ਉੱਥੇ ਵੱਡਾ ਦੀਵਾਨ ਹਾਲ, ਵੱਡੀ ਸਰਾਂ ਬਣ ਰਹੀ, ਗੁਰੂ ਘਰ ਬਣ ਰਿਹਾ, ਜੋ ਜੋ ਕਿਣਕਾ ਤੁਸੀਂ ਦਿੰਦੇ ਇਹਨਾਂ ਕਾਰਜਾਂ ਲਈ ਵਰਤਿਆ ਜਾਂਦਾ, ਮੇਰੀ ਦੋਵੇਂ ਹੱਥ ਜੋੜ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਟੀਵੀ ਸਕਰੀਨ ਦੇ ਉੱਤੇ ਨੰਬਰ ਰੋਜ਼ ਚੱਲਦੇ ਨੇ, ਉਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਕਿ ਇੰਨੀ ਸੇਵਾ ਹਰ ਮਹੀਨੇ ਅਸੀਂ ਟਰੱਸਟ ਨੂੰ ਭੇਜਣੀ। ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਫਿਰ ਇਹ ਸੇਵਾਵਾਂ ਦਾ ਕੰਮ ਇਸੇ ਤਰ੍ਹਾਂ ਨਿਰੰਤਰਤਾਈ ਨਾਲ ਜਾਰੀ ਰਹੇਗਾ। ਮੈਂ ਜਿਵੇਂ ਪਹਿਲੇ ਕਿਹਾ ਸੀ, ਥੋੜ੍ਹੀ ਜਿਹੀ ਸਪੀਡ ਸਲੋਅ ਕੀਤੀ ਹੋਈ ਹੈ। ਕਾਰਨ ਇਹ ਹੋਈ ਹੈ ਕਿ ਤੁਹਾਡੀ ਸਪੀਡ ਜਦੋਂ ਸਲੋਅ ਹੁੰਦੀ, ਸਾਡੀ ਵੀ ਹੋ ਜਾਂਦੀ ਹੈ। ਤੁਸੀਂ ਆਪਣੀ ਦਸਵੰਧ ਦੀ ਸਪੀਡ ਵਧਾ ਕੇ ਰੱਖੋ, ਅਤੇ ਫਿਰ ਮਹਾਰਾਜ ਜੀ ਦੀ ਮਿਹਰ ਦੇ ਨਾਲ ਸੇਵਾਵਾਂ ਹੋਰ ਚੜ੍ਹਦੀ ਕਲਾ 'ਚ ਹੋਣਗੀਆਂ, ਗੁਰੂ ਕਿਰਪਾ ਕਰੇ। ਅੱਜ ਹੀ ਮੈਂ ਗੁਰਮੁਖਾਂ ਨੂੰ ਫੋਨ ਕੀਤਾ, ਮੈਂ ਕਿਹਾ ਸਾਨੂੰ ਕਾਫੀ ਮਾਇਆ ਚਾਹੀਦੀ, ਭਾਵੇਂ ਥੋੜ੍ਹਾ ਬਹੁਤ ਵਿਆਜ ਲੈ ਕੇ ਦੇ ਦਿਓ। ਮੈਂ ਇੱਕ ਇੱਕ ਬੱਚਾ ਗੁਰੂ ਦੀ ਗੋਦੀ 'ਚ ਬੈਠਾ ਕਹਿ ਰਿਹਾ, ਅਤੇ ਉਹ ਹੁਣ ਜਵਾਬ ਆਉਣਾ, ਕਿਉਂਕਿ ਸੇਵਾਵਾਂ ਦੇ ਕਾਰਜ ਉਸੇ ਤਰ੍ਹਾਂ ਨਿਰੰਤਰਤਾਈ ਨਾਲ ਚੱਲ ਰਹੇ ਨੇ। ਜੋ ਭਾਵੇਂ ਸਪੀਡ ਵੀ ਸਲੋਅ ਕੀਤੀ, ਪਰ ਕੰਮ ਤਾਂ ਹੋ ਰਹੇ। ਸਕੂਲ ਜਿਹੜਾ 8-9 ਲੱਖ ਮਹੀਨੇ ਦਾ ਪੈਣਾ ਪੈ ਹੀ ਰਿਹਾ, ਹਸਪਤਾਲ 'ਚ 7-8 ਲੱਖ ਮਹੀਨੇ ਦਾ ਪੈਣਾ ਉਹ ਪੈ ਹੀ ਰਿਹਾ, ਬਾਬੇ ਨਾਨਕ ਦੀ ਜਿਹੜੀ ਰਸੋਈ ਚੱਲ ਰਹੀ, 4-5 ਲੱਖ ਮਹੀਨੇ ਦਾ ਖਰਚਾ ਉਹ ਹੋ ਹੀ ਰਿਹਾ ਗੁਰੂ ਜੀ ਦੀ ਕਿਰਪਾ ਦੇ ਨਾਲ। ਅਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹੱਥ ਬਹੁਤਾ ਹੀ ਜ਼ਿਆਦਾ ਟਾਈਟ ਹੋਇਆ ਵਿਆਜੀ ਪੈਸੇ 'ਤੇ, ਜੇ ਕੋਈ ਇਸ ਵੇਲੇ ਲਾਈਵ ਵੀ ਸੁਣ ਰਹੇ ਹੋ, ਜੇ ਸਾਨੂੰ ਕੋਈ ਉਧਾਰ ਵੀ 2-4 ਮਹੀਨਿਆਂ ਲਈ ਦੇ ਸਕੋ ਦੇ ਦਿਓ, ਸਾਨੂੰ ਲੋੜ ਹੈ ਇਸ ਵੇਲੇ, ਅਤੇ ਹੌਲੀ ਹੌਲੀ ਕਰਕੇ ਤੁਹਾਡੇ ਮੋੜ ਦਿਆਂਗੇ। ਇਹ ਮੈਂ ਖੁੱਲ੍ਹੀ ਗੱਲ ਸੰਗਤ ਵਿੱਚ ਕਰ ਦਿੰਦਾ ਹੁੰਦਾ, ਕਿਉਂਕਿ ਤੁਸੀਂ ਮਾਂ ਬਾਪ ਹੋ, ਤੁਸੀਂ ਵੱਡੇ ਹੋ, ਤੁਸੀਂ ਵੱਡੇ ਹੋ, ਸਾਰੇ ਕਾਰਜ ਤੁਸੀਂ ਕੀਤੇ ਨੇ, ਕਰਨੇ ਨੇ, ਅਤੇ ਅਗਾਂਹ ਵੀ ਤੁਸੀਂ ਕਰਾਉਣੇ ਨੇ। ਅਤੇ ਇਸ ਕਰਕੇ ਜੇ ਕੋਈ ਇੱਦਾਂ ਦਾ ਬੈਠਾ ਜਿਹਦੇ ਕੋਲ ਪਈ ਹੈ ਮਾਇਆ, ਉਹ ਸੰਪਰਕ ਕਰ ਸਕਦਾ, ਭਾਵੇਂ ਥੋੜ੍ਹਾ ਵਿਆਜ ਲੈ ਲਏ, ਥੋੜ੍ਹਾ ਥੋੜ੍ਹਾ ਕਰਕੇ ਆਪਾਂ ਮੋੜੀ ਜਾਵਾਂਗੇ ਮਹਾਰਾਜ ਜੀ ਦੀ ਮਿਹਰ ਦੇ ਨਾਲ। ਗੁਰੂ ਕਿਰਪਾ ਕਰੇ, ਪੱਕੇ ਮਹੀਨਾਵਾਰੀ ਡੋਨਰ ਬਣੋ, ਕਿ ਇੰਨੀ ਸੇਵਾ ਭੇਜਣੀ, ਫਿਰ ਇਹ ਸੇਵਾਵਾਂ ਹੋਰ ਚੜ੍ਹਦੀ ਕਲਾ 'ਚ ਹੋਣਗੀਆਂ। ਦੂਰੋਂ ਨੇੜਿਓਂ ਜਿਹੜੇ ਆਏ ਆਪਣੇ ਘਰ ਵਿੱਚ, ਬਾਬਾ ਦੀਪ ਸਿੰਘ ਜੀ ਦੇ ਘਰ ਵਿੱਚ, ਤੁਹਾਨੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਹੋਰ ਰੰਗ ਭਾਗ ਲਾਉਣ, ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। USA ਦੀਆਂ, ਖਾਸ ਕਰਕੇ ਕੈਲੀਫੋਰਨੀਆ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ, 16 ਮਾਰਚ ਤੋਂ 24 ਮਾਰਚ ਤੱਕ ਦਾਸ ਤੁਹਾਡੇ ਇਲਾਕਿਆਂ ਦੇ ਵਿੱਚ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ। ਪ੍ਰੋਗਰਾਮਾਂ ਦੀ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ, ਤੁਹਾਡੇ ਮੋਬਾਈਲਾਂ ਦੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜੋ ਤੁਸੀਂ ਰੋਜ਼ ਜੁੜਦੇ ਹੋ, ਜੋ ਰੋਜ਼ ਤੁਸੀਂ ਵੇਖਦੇ ਹੋ,
ਸਮਾਗਮ ਆਨੰਦ ਲੈਂਦੇ ਹੋ। ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਵਹੀਰਾਂ ਕੱਤ ਕੇ ਪਰਿਵਾਰਾਂ ਸਮੇਤ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਓ ਔਰ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਗਰੰਟੀ ਦੇ ਰਹੇ ਹਾਂ, ਜਦੋਂ ਤੁਸੀਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਾਰੇ ਸਮਾਗਮਾਂ ਦੇ ਵਿੱਚ ਪਹੁੰਚੋਗੇ, ਇੱਕ ਵੀ ਸਮਾਗਮ ਵਿੱਚ ਗੈਰ ਹਾਜ਼ਰੀ ਨਹੀਂ ਕਰੋਗੇ, ਪੂਰੀਆਂ ਖੁਸ਼ੀਆਂ ਬਾਪੂ ਜੀ ਦੀਆਂ ਲਓਗੇ। ਜਿਹੜੀ ਜਿਹੜੀ ਵੀ ਫਿਰ ਤੁਸੀਂ 24 ਤਰੀਕ ਨੂੰ ਲਾਸਟ ਦਿਨ 'ਤੇ ਅਰਦਾਸ ਕਰਨੀ ਹੈ, ਬਾਬਾ ਦੀਪ ਸਿੰਘ ਜੀ ਨੇ ਇੱਕ ਇੱਕ ਦੀ ਅਰਦਾਸ ਨੂੰ ਕਬੂਲ ਕਰ ਲੈਣਾ। ਭੁੱਲਿਓ ਨਾ, 16 ਮਾਰਚ ਤੋਂ 24 ਮਾਰਚ ਤੱਕ ਕੈਲੀਫੋਰਨੀਆ ਔਰ LA ਦੀਆਂ ਸਾਰੀਆਂ ਸੰਗਤਾਂ, ਹੋਰ ਵੀ ਜਿੱਥੇ ਜਿੱਥੇ ਤੁਸੀਂ ਭਾਵਨਾ ਦੇ ਨਾਲ ਸੁਣਦੇ ਹੋ, ਜਿਹੜੇ ਪਹੁੰਚ ਸਕਦੇ ਹੋ ਪਹੁੰਚ ਜਿਓ, ਮੇਰੀ ਬੇਨਤੀ। ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਆਪਾਂ ਗੁਰੂ ਪਿਤਾ ਦੀਆਂ ਵਡਿਆਈਆਂ ਕਰਨੀਆਂ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।